हाँ जी, आज मैं पौड़ी शुरू करने तो पहले थोड़ी जी करना चाहुंना है कि इन्हों तुसी पंजाब दे परस्पेक्टिव विच भी पंजाब दे हिस्टोरिकल परस्पेक्टिव दे विच भी गुरु नानक जी का जिहड़ा कलाम है उन्हों वेखो। पंजाब जिहड़ा है वो बहुत शुरू तो डिफरेंट रहा बाकी हिंदुस्तान तो। सर जी एक मिनट, पुष्पा जी जरा थोड़ा दूजा है ना कनेक्टिंग टू ऑडियो हो ही जाता है ते ओदे नाल डिस्टरबेंस आती है, डॉक्टर साहब की आवाज गुआच जाती, प्लीज उन्हों बंद कर लो, एक जरा थोड़ा दूजा कुछ चल रहा है। मैं बंद कर देना। हाँ नहीं, मैं नहीं कर सकता। ये तुसी इस वक्त तो म्यूट ही ना। नहीं जड़ी एक होर ओपन हैगी इन्हां दी, एक होर कुछ ओपन हैगा जिहड़े चो कनेक्ट करन दी ने कोशिश हो रही है। हाँ इन्होंने दो डिवाइसेस तो कनेक्ट किया हाँ, सो दैट अदर डिवाइस इज द, हाँ ठीक कह रहे सर साहब। रिकॉर्डिंग शुरू हो गई है मजीद जी? हाँ जी शुरू है जी। थैंक यू थैंक यू। हाँ जी, मैं ये कह रहा सां कि जेड़ा गुरु नानक जी नू पढ़न लगे हैं तुसी कुछ गल्लां दा हिस्टोरिकल जेड़ी हिस्टोरिकल परस्पेक्टिव है उनू पंजाब दा उनू जेहन च जरूर रखो, क्योंकि पंजाब जेड़ा है वो शुरू तो ही जेड़ा ना उदे वो काफी वखरा है गंगा जमुना वैली तो, क्योंकि जदों जिहड़ी ब्राह्मणवाद है उहदी चढ़त जिहड़ी है गंगा जमुना वैली च हो रही सी ते जात पात दा सिस्टम वी उत्थे बहुत बन रहा सी तेजी नाल, उदों अजे पंजाब विच उहदा असर बहुत घट सीगा। इस वास्ते गंगा जमुना वैली दे जिहड़े ब्राह्मण सन या पंडित सन या आम इंटलैक्चुअल सन वो समझे सन ये जिहड़े पंजाब दे हिंदू ने ये हिंदू शिंदू कोई नहीं, इन्हां नूं कोई पता पता नहीं हैगा, क्योंकि पंजाब दे हिंदू जिहड़े ने उन्हां दा रवैया जिहड़ा सी वो पुराना ही सी। अच्छा एक तो ये गल हैगी है, फिर दूजी गल ये हैगी है कि इत्थे बुद्ध मत जिहड़ी है ਇਥੋਂ ਇੱਥੇ ਜਿਹੜਾ ਡੋਮੀਨੇਟਿੰਗ ਮਜ਼ਹਬ ਸੀ ਜਦੋਂ ਕਿ ਗੰਗਾ ਜਮੁਨਾ ਵੈਲੀ ਵਿੱਚ ਨਹੀਂ ਸੀ ਹੈਗਾ। ਅੱਛਾ ਤੀਸਰੀ ਗੱਲ ਇਹ ਹੈਗੀ ਹੈ ਕਿ ਗੁਰੂ ਨਾਨਕ ਜੀ ਦਾ ਜਿਹੜਾ ਗੁਰੂ ਨਾਨਕ ਜੀ ਦਾ ਜਿਹੜਾ ਕਲਾਮ ਹੈ ਉਹ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਉਸ ਜ਼ਮਾਨੇ ਦੇ ਵਿੱਚ ਵਾਹਦ ਇੱਕ ਐਸੀ ਐਸੀ ਸਕਾਲਰਲੀ ਟ੍ਰੀਟੀਸ ਸਾਹਮਣੇ ਆਈ ਕਿ ਜਿਹਦੇ ਬੁਨਿਆਦ ਤੇ ਜਿਹਦੀ ਬੁਨਿਆਦ ਦੇ ਉੱਤੇ ਲੋਕ ਇਕੱਠੇ ਹੋਏ ਔਰ ਉਹਨਾਂ ਨੇ ਜਿਹੜੀ ਇਸਟੈਬਲਿਸ਼ਡ ਅਰਿਸਟੋਕਰੇਸੀ ਸੀ ਜਿਹੜੀ ਕਿ ਫੋਰਨ ਅਰਿਸਟੋਕਰੇਸੀ ਸੀ ਮੁਗਲਾਂ ਦੀ ਔਰ ਮੁਗਲਾਂ ਤੋਂ ਪਹਿਲੇ ਦੂਜਿਆਂ ਦੀ ਪਠਾਣਾਂ ਦੀ, ਉਹਨੂੰ ਉਸ ਤਹਿਰੀਕ ਨੇ ਜਿਹਨੂੰ ਅਸੀਂ ਸਿੱਖਿਜ਼ਮ ਦੀ ਤਹਿਰੀਕ ਕਹਿੰਦੇ ਹਾਂ ਉਹਨੇ ਉਹਨੂੰ ਖਤਮ ਕਰ ਦਿੱਤਾ ਸੀ। ਅਤੇ ਗੰਗਾ ਜਮੁਨਾ ਵੈਲੀ ਦੇ ਵਿੱਚ ਉਹ ਜਿਹੜੀ ਹੈ ਉਹ ਕਾਇਮ ਸੀ ਔਰ ਉਹ 1857 ਤੱਕ ਬਲਕਿ ਕਾਇਮ ਰਹੀ ਹੈ। ਅਤੇ ਲਿਹਾਜ਼ਾ ਜਦੋਂ ਅਸੀਂ ਗੁਰੂ ਨਾਨਕ ਜੀ ਨੂੰ ਪੜ੍ਹ ਰਹੇ ਹਾਂ ਤਾਂ ਇੱਕ ਤਾਂ ਪੰਜਾਬ ਦੀ ਜਿਹੜੀ ਡਿਫਰੈਂਟ ਹਿਸਟੋਰੀਕਲ ਪਰਸਪੈਕਟਿਵ ਹੈ ਉਹਨੂੰ ਵੀ ਸਾਹਮਣੇ ਰੱਖੋ
ਤੇ ਦੂਜੀ ਇਸ ਗੱਲ ਨੂੰ ਹੀ ਸਾਹਮਣੇ ਰੱਖੋ ਕਿ ਗੁਰੂ ਨਾਨਕ ਜੀ ਜਿਹੜੇ ਨੇ ਉਹ ਜਿਹੜੇ ਉਸ ਵੇਲੇ ਤੱਕ ਦੇ ਟ੍ਰੈਡੀਸ਼ਨਲ ਮਜ਼ਹਬ ਨੇ ਜਾਂ ਆਰਗਨਾਈਜ਼ਡ ਮਜ਼ਹਬ ਨੇ ਉਹਨਾਂ ਸਭ ਉਹਨਾਂ ਦੀ ਤਨਕੀਦ ਕਰ ਰਹੇ ਨੇ। ਔਰ ਜੇ ਗੁਰੂ ਨਾਨਕ ਜੀ ਉਹੀ ਕੁਛ ਕਹਿ ਰਹੇ ਹੁੰਦੇ ਜੋ ਬਾਕੀ ਮਜ਼ਹਬ ਕਹਿ ਰਹੇ ਸਨ ਤੇ ਫਿਰ ਲੋਕ ਜਾਂ ਮੁਸਲਮਾਨ ਬਹੁਤੇ ਹੋ ਜਾਂਦੇ ਤੇ ਜਾਂ ਹਿੰਦੂ ਹੀ ਰਹਿ ਜਾਂਦੇ। ਲੇਕਿਨ ਇਹ ਹੈ ਕਿ ਇਹ ਬਿਲਕੁਲ ਇੱਕ ਨਵਾਂ ਥਾਟ ਸੀ ਜਿਹੜਾ ਕਿ ਉਹਨਾਂ ਨੇ ਕ੍ਰੀਏਟ ਕੀਤਾ ਔਰ ਉਹਦੇ ਗਿਰਦ ਲੋਕ ਜਿਹੜੇ ਨੇ ਉਹ ਜਮ੍ਹਾਂ ਹੋਏ ਔਰ ਉਹਨਾਂ ਨੇ ਨਿਜ਼ਾਮ ਨੂੰ ਬਾਹਰ ਵਾਲਿਆਂ ਦੇ ਨਿਜ਼ਾਮ ਨੂੰ ਉਲਟਾ ਦਿੱਤਾ। ਇਹ ਵੱਖਰੀ ਗੱਲ ਹੈ ਕਿ ਉਲਟਾ ਕੇ ਉਹ ਆਪ ਵੀ ਉਹਨਾਂ ਵਗੈਰੇ ਹੋ ਗਏ ਪਰ ਉਲਟਾ ਤਾਂ ਦਿੱਤਾ ਨਾ। ਅੱਛਾ, ਇਹ ਸਾਰੀਆਂ ਗੱਲਾਂ ਸਾਹਮਣੇ ਰੱਖੋ ਕਿਉਂਕਿ ਜੇ ਤੁਸੀਂ ਆਰਗਨਾਈਜ਼ਡ ਮਜ਼ਹਬ ਦੇ ਰੈਫਰੈਂਸ ਨਾਲ ਉਹਨਾਂ ਦੀ ਇੰਟਰਪ੍ਰੀਟੇਸ਼ਨ ਕਰਨਾ ਚਾਹੋਗੇ ਜਾਂ ਕਰੋਗੇ ਤੇ ਉਹ ਮੇਰਾ ਖਿਆਲ ਹੈ ਕਿ ਉਹ ਜ਼ਿਆਦਤੀ ਹੋਵੇਗੀ ਗੁਰੂ ਨਾਨਕ ਜੀ ਨਾਲ। ਅੱਛਾ ਜੀ, ਅੱਜ ਦੀ ਪੌੜੀ ਮੈਂ ਸ਼ੁਰੂ ਕਰਨਾ ਹੈ। ਸਾਚਾ ਸਾਹਿਬ ਸਾਚ ਨਾਉ ਭਾਖਿਆ ਭਾਉ ਉਪਾਰ ਆਖੀਏ ਮੰਗੀਏ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਏ ਜਿਤ ਦਿੱਸੇ ਦਰਬਾਰ ਮੂੰਹੋਂ ਕੀ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆਰ ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਇਹ ਤੇ ਇਹਦੀ ਪੜਤ ਹੈਗੀ ਹੈ। ਤੇ ਇਹਦੇ ਚ ਇਹ ਬਿਲਕੁਲ ਗੁਰੂ ਨਾਨਕ ਦੀ ਹਰ ਪੌੜੀ ਜਿਹੜੀ ਹੁੰਦੀ ਹੈ ਨਾ ਉਹ ਇੱਕ ਤਰ੍ਹਾਂ ਦੀ ਮੈਥਮੈਟੀਕਲ ਇਕੁਏਸ਼ਨ ਹੁੰਦੀ ਹੈ ਕਿ ਉਹਦੇ ਵਿੱਚ ਜਿਹੜੀਆਂ ਟਰਮਸ ਨੇ ਉਹਨਾਂ ਨੂੰ ਖੋਲਿਆ ਜਾਂਦਾ ਹੈ ਫਿਰ ਉਹ ਆਖਰ ਦੇ ਉੱਤੇ ਉਹਨਾਂ ਨੂੰ ਸਿੰਕ ਕੀਤਾ ਜਾਂਦਾ ਹੈ ਜਿਵੇਂ ਸਮ ਤੇ ਆਉਂਦਾ ਹੈ ਨਾ ਤਬਲਾ ਉਂਝ। ਸਾਚਾ ਸਾਹਿਬ ਸਾਚ ਨਾਉ ਜਿਹੜਾ ਸਾਹਿਬ ਹੈ ਉਹ ਸੱਚਾ ਤੇ ਨਾਂ ਵਾਲਾ ਹੈ। ਸਾਚਾ ਤਾਂ ਮਤਲਬ ਇਹ ਨਹੀਂ ਕਿ ਜਿਹੜਾ ਆਮ ਤੌਰ ਤੇ ਜਿਹਨੂੰ ਅਸੀਂ ਝੂਠ ਕਹਿੰਦੇ ਹਾਂ, ਸਾਚਾ ਦਾ ਮਤਲਬ ਹੈ ਕਿ ਉਹ ਵਾਕਿਆ ਹੀ ਐਗਜਿਸਟ ਕਰਦਾ ਹੈ, ਉਹਦੀ ਹੋਂਦ ਹੈ ਔਰ ਉਹਦੀ ਵੱਖਰੀ ਨਹੀਂ ਬਲਕਿ ਉਹਦੀ ਆਪਣਾ ਸੱਚਾ ਨਾਂ ਹੈ, ਯਾਨੀ ਸੱਚੀ ਪਛਾਣ ਹੈ। ਭਾਖਿਆ ਭਾਵ, ਭਾਖਿਆ ਦਾ ਮਤਲਬ ਹੁੰਦਾ ਹੈ ਬੋਲੀ ਜ਼ਬਾਨ ਤੇ ਭਾਵ ਦਾ ਮਤਲਬ ਹੈ ਜਜ਼ਬਾ ਪੈਸ਼ਨ। ਉਪਾਰ ਜਿਹਦਾ ਕੋਈ ਪਾਰ ਨਾ ਹੋਵੇ, ਮਤਲਬ ਜਿਹਦੇ ਇੱਕ ਤਾਂ ਨਾ ਦਰਿਆ ਦਾ ਪਾਰ, ਲੇਕਿਨ ਇਹ ਹੈ ਕਿ ਜਿਸ ਚੀਜ਼ ਦਾ ਕੋਈ ਅੰਤੀ ਨਾ ਹੋਵੇ, ਜਿਹਦੀ ਕੋਈ ਦੂਜੀ ਹਾਲਦੀ ਨਾ ਹੋਵੇ, ਉਹਨੂੰ ਉਹਦਾ ਮਤਲਬ ਉਪਾਰ ਹੈ। ਸਾਚਾ ਸਾਹਿਬ ਸਾਚ ਨਾਉ ਭਾਖਿਆ ਭਾਵ ਉਪਾਰ। ਇਹਨੂੰ ਹੁਣ ਤੁਸੀਂ ਇੱਕ ਤੇ ਕਹਿ ਸਕਦੇ ਹੋ ਕਿ ਉਹਦਾ ਸੱਚਾ ਨਾਂ ਹੈ, ਉਹ ਸੱਚੀ ਉਹਦੀ ਐਗਜਿਸਟੈਂਸ ਹੈ, ਸੱਚੀ ਪਛਾਣ ਹੈ ਉਹਦੀ, ਤੇ ਉਹਦੀ ਜ਼ਬਾਨ ਬੋਲੀ ਤੇ ਉਹਦੀ ਜਿਹੜਾ ਉਹਦਾ ਜਿਹੜਾ ਫੀਲਿੰਗ ਹੈ ਜਾਂ ਪੈਸ਼ਨ ਹੈ
ਉਹ ਬੇਅੰਤ ਹੈ, ਯਾਨੀ ਮਤਲਬ ਅਸੀਂ ਉਹਦਾ ਅੰਤ ਨਹੀਂ ਕਰ ਸਕਦੇ, ਉਹਦੇ ਪਾਰ ਜਾ ਕੇ ਉਹਨੂੰ ਨਹੀਂ ਵੇਖ ਸਕਦੇ। ਇਹ ਇੱਕ ਤੇ ਇਹਦੀ ਪੜਤ ਇਹ ਹੋ ਸਕਦੀ ਹੈ। ਲੇਕਿਨ ਆਮ ਤੌਰ ਤੇ ਜਿਹੜੀ ਟ੍ਰੈਡੀਸ਼ਨਲ ਕੀਤੀ ਜਾਂਦੀ ਹੈ ਉਹ ਇਹਦੀ ਇਹ ਹੁੰਦੀ ਹੈ ਕਿ ਰੱਬ ਜਿਹੜਾ ਹੈ ਉਹ ਸਭ ਤੋਂ ਉੱਤੇ ਹੈ ਅਤੇ ਉਹਦੀ ਬਾਕੀ ਸਿਫਤਾਂ ਕੀਤੀਆਂ ਜਾਂਦੀਆਂ ਨੇ। ਆਖੀਏ ਮੰਗੇ ਦੇ ਦੇ, ਯਾਨੀ ਮਤਲਬ ਅਸੀਂ ਆਖਨੇ ਹੈ ਜਾਂ ਆਖ ਕੇ ਮੰਗਨੇ ਹੈ ਅਤੇ ਉਹ ਦਿੰਦਾ ਜਾਂਦਾ ਹੈ। ਆਖੀਏ ਮੰਗੇ ਦੇ ਦੇ ਉਹ ਦਿੰਦਾ ਜਾਂਦਾ ਹੈ। ਦਾਤ ਕਰੇ ਦਾਤਾਰ, ਦਾਤ ਦਾ ਮਤਲਬ ਹੈ ਬਖਸ਼ਿਸ਼, ਚੀਜ਼ਾਂ ਦੇਣੀਆਂ ਵੰਡਣੀਆਂ। ਦਾਤਾਰ ਮਤਲਬ ਦਾਤਾ, ਦੇਣ ਵਾਲਾ। ਅੱਛਾ ਜੀ, ਮੂੰਹੋਂ ਕੀ ਬੋਲਣ ਬੋਲੀਏ, ਮੂੰਹੋਂ ਕੀ ਫੇਰ ਕੀ ਅੱਗੇ ਰੱਖੀਏ, ਜਿਤ ਦਿਸੇ ਦੱਸੇ ਦਰਬਾਰ। ਮਤਲਬ ਇਹਦੇ ਇੱਕ ਤੇ ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਉਸ ਦੇ ਅੱਗੇ ਕੀ ਰੱਖੀਏ ਕਿ ਸਾਨੂੰ ਉਹਦਾ ਦਰਬਾਰ ਦਿਸਣਾ ਸ਼ੁਰੂ ਹੋ ਜਾਏ। ਇੱਕ ਪੜਤ ਇਹਦੀ ਇਹ ਹੈ। ਦੂਜੀ ਪੜਤ ਇਹਦੀ ਇਹ ਹੈ ਕਿ ਅਸੀਂ ਆਪਣੇ ਸਾਹਮਣੇ ਕੀ ਰੱਖੀਏ, ਮਤਲਬ ਆਪੂ ਕਿਵੇਂ ਕਿਹਦੇ ਸਾਹਮਣੇ ਹੋਈਏ, ਜਾਂ ਇਹਨੂੰ ਤੁਸੀਂ ਆਸਾਨ ਕਹਿ ਲਓ ਕਿਸ ਆਸਣ ਦੇ ਵਿੱਚ ਹੋਈਏ ਜੋ ਸਾਨੂੰ ਉਹਦਾ ਦਰਬਾਰ ਦਿਸ ਜਾਵੇ। ਦਰਬਾਰ ਦਾ ਮਤਲਬ ਹੈ ਕਿ ਉਹਦਾ ਉਹਦਾ ਜਿਹੜਾ ਪੂਰਾ ਨਿਜ਼ਾਮ ਹੈ, ਔਰ ਉਹ ਜਿਹੜਾ ਜਿਹਦੇ ਵਿੱਚ ਨਿਆਂ ਹੁੰਦਾ ਹੈ ਦਰਬਾਰ 'ਚ, ਉਹ ਸਾਨੂੰ ਦਿਸ ਜਾਵੇ, ਕਿਉਂਕਿ ਸਾਨੂੰ ਦਿਸਦਾ ਤਾਂ ਨਹੀਂ ਨਾ ਹੈਗਾ ਉਹ। ਮੂੰਹੋਂ ਕੀ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਇਸੇ ਤਰ੍ਹਾਂ ਇਹ ਹੈ ਕਿ ਅਸੀਂ ਮੂੰਹੋਂ ਕੀ ਲਫ਼ਜ਼ ਜਿਹੜੇ ਨੇ ਉਹ ਕੱਢੀਏ, ਕੀ ਜਪੀਏ ਜਾਂ ਕੀ ਬਿਰਧ ਕਰੀਏ ਜਿਹਦੇ ਦੇ ਨਾਲ ਉਹ ਸਾਡੇ ਨਾਲ ਉਹਦਾ ਪਿਆਰ ਵੱਧ ਜਾਵੇ, ਉਹ ਸਾਡੇ ਨਾਲ ਪਿਆਰ ਕਰਨਾ ਸ਼ੁਰੂ ਹੋ ਜਾਏ ਜਾਂ ਸਾਡੇ ਉਹਦਾ ਪਿਆਰ ਵੱਧ ਜਾਵੇ। ਅੱਛਾ, ਇਹ ਜਿਹੜਾ ਪਿਛਲੀ ਪਹਿਲਾ ਮਿਸਰਾ ਸੀਗਾ, ਫੇਰ ਕੀ ਅੱਗੇ ਰੱਖੀਏ, ਫੇਰ ਕੀ ਅੱਗੇ ਰੱਖੀਏ ਜਿਤ ਦੱਸੇ ਦਰਬਾਰ। ਇਹ ਤੁਸੀਂ ਦੇਖਿਆ ਹੋਣਾ ਕਿ ਇਹ ਜੇ ਹਿੰਦੂਇਜ਼ਮ ਔਰ ਬ੍ਰਹਮਣਵਾਦ ਦੇ ਜਿਹੜੇ ਜੇ ਕੰਟੈਕਸਟ ਵਿੱਚ ਵੇਖੋ ਤੇ ਉਹਦੇ ਵਿੱਚ ਜਿਹੜੀ ਕੁਰਬਾਨੀਆਂ ਦੇਣਾ, ਕੁਰਬਾਨੀਆਂ ਕਰਨਾ ਦੇਵਤਾਵਾਂ ਲਈ, ਉਹ ਬਹੁਤ ਐਕਸੈਸਿਵ ਸੀਗਾ। ਸੋ ਉਹ ਸਮਝਦੇ ਸਨ ਕਿ ਅਸੀਂ ਕਿਹਾ ਜਾਂਦਾ ਸੀ ਜਾਂ ਸਮਝਦੇ ਸਨ ਕਿ ਅਸੀਂ ਇਹ ਜੋ ਕੁਰਬਾਨੀ ਦੇ ਰਹੇ ਹਾਂ ਇਹਦੇ ਨਾਲ ਉਹ ਰਾਜ਼ੀ ਹੋ ਜਾਏਗਾ, ਅਤੇ ਰਾਜ਼ੀ ਹੋ ਕੇ ਉਹ ਕੁਛ ਸਾਨੂੰ ਦੇ ਦੇਵੇਗਾ ਜੋ ਸਾਡੇ ਦਿਲ ਦੇ ਵਿਸ਼ਵਾਸ ਹੈ। ਅੱਛਾ, ਲੇਕਿਨ ਇਹਦੇ 'ਚ ਮੈਂ ਇਹ ਕਹਿੰਦਾ ਕਿ ਤੁਸੀਂ ਇਸ ਤੋਂ ਪਹਿਲਾਂ ਜਿਹੜਾ ਮਿਸਰਾ ਉਹਨੂੰ ਫੇਰ ਤੋਂ ਪੜੋ। ਆਖੀਏ ਮੰਗੇ ਮੰਗੀਏ ਦੇ ਦੇ, ਦਾਤ ਕਰੇ ਦਾਤਾਰ। ਯਾਨੀ ਅਸੀਂ ਜਿਹੜੇ ਹੈ ਉਹ ਮੰਗਨੇ ਹੈ ਤੇ ਉਹ ਦਿੰਦਾ ਹੈ। ਅੱਛਾ,
ਹੁਣ ਅਗਰ ਇਹ ਹੈ ਤੇ ਫਿਰ ਉਹਨੂੰ ਅਸੀਂ ਕੀ ਦੇ ਸਕਦੇ ਹਾਂ? ਉਹ ਤੇ ਆਪ ਸਭ ਨੂੰ ਦੇਣ ਵਾਲਾ ਜਾਂ ਉਹ ਸਭ ਨੂੰ ਸਭ ਵਿੱਚ ਆਪ ਹੀ ਵੰਡਦਾ ਹੈ, ਤੇ ਅਸੀਂ ਸਾਹਮਣੇ ਕੀ ਉਹਦੇ ਰੱਖ ਸਕਦੇ ਹਾਂ? ਅਗਰ ਜੇ ਟ੍ਰੈਡੀਸ਼ਨਲ ਪੜਤ ਕਰੋ, ਕੀ ਉਹਦੇ ਸਾਹਮਣੇ ਰੱਖ ਸਕਦੇ ਹਾਂ ਕਿ ਉਹਦੇ ਸਾਡੇ ਉਹਦੇ ਦਰਸ਼ਨ ਹੋ ਜਾਣ? ਇਹਦਾ ਮਤਲਬ ਅਸੀਂ ਕੁਛ ਨਹੀਂ ਉਹਦੇ ਸਾਹਮਣੇ ਰੱਖ ਸਕਦੇ, ਕਿਉਂਕਿ ਹਰ ਮੁਮਕਿਨ ਔਰ ਹਰ ਪੋਸੀਬਲ ਚੀਜ਼ ਜਿਹੜੀ ਹੈ ਉਹਦੇ ਕੋਲ ਹੈਗੀ ਹੈ। ਇਹ ਜਿਹੜੀ ਹੈ ਨਾ, ਫਿਰ ਇਹ ਵਾਰ ਵਾਰ ਇਹ ਆਉਂਦਾ ਹੈ ਸਵਾਲ ਕਿ ਦਾਤਾਰ ਜਿਹੜਾ ਹੈ, ਦਾਤਾ ਜਿਹੜਾ ਹੈ ਉਹ ਦਾਤ ਕਰਦਾ ਹੈ, ਤੇ ਇਹਦਾ ਮਤਲਬ ਇੰਜ ਨਹੀਂ ਹੈ। ਜੇ ਤੇ ਇੰਜ ਹੋਵੇ ਸਿੱਧਾ ਹੀ ਕਿ ਜੀ ਜਿਹੜਾ ਮੰਗਾ ਬੰਦਾ ਵੀ ਰੱਬ ਕੋਲੋਂ ਦੁਆ ਕਰਦਾ ਉਹਨੂੰ ਉਹ ਸ਼ੈ ਮਿਲ ਜਾਂਦੀ ਹੈ, ਤੇ ਫਿਰ ਤੇ ਇਹ ਹੈ ਕਿ ਦੁਨੀਆਂ ਦੇ ਵਿੱਚ ਕੋਈ ਗਰੀਬ ਨਾ ਹੋਵੇ, ਕੋਈ ਭੁੱਖਾ ਨਾ ਹੋਵੇ, ਕੋਈ ਨੰਗਾ ਨਾ ਹੋਵੇ, ਔਰ ਕੋਈ ਭੁੱਖ ਨੰਗ ਦੇ ਵਿੱਚ ਮਰੇ ਵੀ ਨਾ, ਫਿਰ ਤੇ ਇਹ ਹੋਣਾ ਚਾਹੀਦਾ। ਪਰ ਇਹ ਇੰਟਰਪ੍ਰਿਟੇਸ਼ਨ ਇਹਦੀ ਨਹੀਂ ਹੈ। ਇਹਦੀ ਇੰਟਰਪ੍ਰਿਟੇਸ਼ਨ ਇਹ ਹੈ ਕਿ ਜਿਹੜਾ ਬੰਦਾ ਬਤੌਰ ਕੁੱਲ ਦੇ ਹੈ, ਬੰਦਾ ਹਿਊਮਨ ਬੀਇੰਗ, ਉਹ ਜਿਹੜੀ 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 ਚੀਜ਼ ਉਹਦੇ ਕੋਲੋਂ ਮੰਗਦਾ ਹੈ, ਮੰਗਣ ਦਾ ਮਤਲਬ ਹੈ ਕਿ ਉਹ ਯਤਨ ਕਰਦਾ ਹੈ ਉਸ ਸ਼ੈ ਨੂੰ ਹਾਸਲ ਕਰਨ ਦਾ, ਉਹਨੂੰ ਮਿਲ ਜਾਂਦੀ ਹੈ। ਤੁਸੀਂ ਅਗਰ ਵੇਖੋ ਕਿ ਜਦੋਂ ਉਹ ਬੰਦਾ ਜੰਗਲਾਂ ਦੇ ਵਿੱਚ ਰਹਿੰਦਾ ਸੀ ਤੇ ਉਦੋਂ ਉਹਨੂੰ ਸ਼ਿਕਾਰ ਕਰਨਾ ਹੁੰਦਾ ਸੀ ਤੇ ਉਹਨੂੰ ਤੀਰ ਕਮਾਨ ਚਲਾਉਣ ਦਾ ਤਰੀਕਾ ਆ ਗਿਆ। ਯਾਨੀ ਮਤਲਬ ਉਹਨੂੰ ਕੁਦਰਤ ਨੇ ਤੀਰ ਕਮਾਨ ਚਲਾਉਣ ਦੀ ਜਿਹੜੀ ਸਲਾਹੀਅਤ ਸੀ ਉਹ ਦੇ ਦਿੱਤੀ। ਇਸੇ ਤਰ੍ਹਾਂ ਜੋ ਜੋ ਜਿਹਦੇ ਲਈ ਵੀ ਉਹ ਯਤਨ ਕਰਦਾ ਰਿਹਾ ਬੰਦਾ, ਉਵੇਂ ਉਵੇਂ ਉਹਨੂੰ ਵੱਧ ਤੋਂ ਵੱਧ ਮਿਲਦਾ ਰਿਹਾ। ਤੇ ਹੁਣ ਸਾਡੇ ਦੌਰ ਤੱਕ ਆਉਂਦਿਆਂ ਆਉਂਦਿਆਂ ਤੁਸੀਂ ਦੇਖ ਲਓ ਕਿ ਕੁਦਰਤ ਦੇ ਕਿੰਨੇ ਰਿਸੋਰਸਿਸ ਨੇ ਜਿਹੜੇ ਕਿ ਇਨਸਾਨ ਵਰਤ ਰਿਹਾ ਹੈ, ਔਰ ਉਹ ਜਿਹੜੇ ਨੇ ਉਹ ਕੁਦਰਤ ਕੋਲੋਂ ਹੀ ਉਹਨੂੰ ਮਿਲੇ ਨੇ। ਮੂੰਹੋਂ ਕੀ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਇਹ ਜਿਹੜੀ ਲਾਈਨ ਹੈ, ਮੂੰਹ ਬੋਲਣ ਵਾਲੀ, ਇਹ ਬਹੁਤ ਇੰਪੋਰਟੈਂਟ ਲਾਈਨ ਹੈ, ਕਿਉਂਕਿ ਮੀਮਾਂਸਕਾ ਫਿਲਾਸਫੀ ਜਿਹੜੀ ਹੈ ਆਪਣਾ ਵੇਦਾਂ ਦੀ, ਉਹ ਇਹ ਹੈਗੀ ਹੈ ਕਿ ਵੇਦਾਂ ਦੇ ਜਿਹੜੇ ਲਫ਼ਜ਼ ਨੇ, ਖਾਸ ਤੌਰ ਤੇ ਰਿਗ ਵੇਦ ਦੇ, ਸਿਰਫ ਉਹ ਲਫ਼ਜ਼ ਹੀ ਉਹਨਾਂ ਦੇ ਵਿੱਚ ਹੀ ਕੁਛ ਆਪਣੇ ਉਹਨਾਂ ਦੇ ਵਿੱਚ ਹੈ ਕਿ ਅਗਰ ਉਹ ਪੜ੍ਹੇ ਜਾਣ ਤੇ ਉਹਨਾਂ ਦੇ ਨਾਲ ਤੁਹਾਨੂੰ ਉਹ ਕੁਛ ਮਿਲ ਜਾਂਦਾ ਜੋ ਤੁਸੀਂ ਚਾਹੁੰਦੇ ਹੋ, ਜਾਂ ਜੋ ਅਦਲਾ ਬਦਲੀਆਂ ਤੁਸੀਂ ਚਾਹੁੰਦੇ ਹੋ, ਸਿਰਫ ਉਹ ਲਫ਼ਜ਼ ਪੜ੍ਹਨ ਦੇ ਨਾਲ ਜਾਂ ਉਸ ਲਫ਼ਜ਼ ਨੂੰ, ਉਹਨਾਂ ਲਫ਼ਜ਼ਾਂ ਨੂੰ ਦੁਹਰਾਉਣ ਦੇ ਨਾਲ ਹੀ ਹੋ ਜਾਂਦੀ ਹੈ। ਉਹਨਾਂ ਲਫ਼ਜ਼ਾਂ ਦੀ ਤੁਹਾਨੂੰ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ, ਇਹਦੇ ਵਿੱਚ ਇਹਦਾ ਕੋਈ ਜ਼ਰੂਰਤ ਨਹੀਂ ਹੈਗੀ। ਬਸ ਤੁਸੀਂ ਉਹ ਲਫ਼ਜ਼ਾਂ, ਯਾਨੀ ਲਫ਼ਜ਼ਾਂ ਦੀ ਅੰਦਰ ਤਾਕਤ ਹੈ। ਇਹ ਸਿਰਫ ਮਤਲਬ ਮੀਮਾਂਸਕਾ ਵਾਲੇ ਨਹੀਂ, ਬਲਕਿ ਮੈਂ ਸਮਝਣਾ ਕਿ ਬਾਕੀ ਸਾਰੇ ਮਜ਼ਹਬਾਂ ਦੇ ਵਿੱਚ ਵੀ ਇਹੋ ਜਿਹੇ ਵਜ਼ੀਫੇ, ਇਹੋ ਜਿਹੇ ਆਪਣਾ ਮੰਤਰ, ਇਹੋ ਜਿਹੇ ਜਿਹਨੂੰ ਅਸੀਂ ਕਹਿੰਦੇ ਹਾਂ ਸੂਰਤਾਂ, ਜਿਵੇਂ ਕੁਰਾਨ ਦੀਆਂ ਨੇ, ਕਿ ਉਹ ਸਮਝਦੇ ਨੇ ਕਿ ਅਗਰ ਇਹ ਜਿਹੜਾ ਪੀਸ ਆ ਇਹ ਪੜ੍ਹਿਆ ਜਾਏ ਤਾਂ ਇਹਦਾ ਇਹ ਨਤੀਜਾ ਨਿਕਲੇਗਾ, ਇਹ ਪੀਸ ਪੜ੍ਹਿਆ ਜਾਏ ਤਾਂ ਇਹਦਾ ਇਹ ਨਤੀਜਾ ਨਿਕਲੇਗਾ। ਯਾਨੀ ਲਫ਼ਜ਼ਾਂ ਦੇ ਅੰਦਰ ਜਾਂ ਇਹਦਾ ਜਪ ਕੀਤਾ ਜਾਏ ਤੇ ਉਹਦੇ ਨਾਲ ਉਸ ਜਪ, ਉਸ ਖਾਸ ਸ਼ੈ ਦੇ ਜਪ ਦੇ ਨਾਲ ਜਿਹੜਾ ਹੈ ਉਹ
तब्दीली आ सकती है बंदे दे अंदर या बंदा तब्दीली लिया सकता है उस जप नाल दूजे। यानी मतलब लफ्जा दे नाल तुसी बोल दे नाल तुसी रब नू राजी कर सकते हो या रब दे निजाम नू दे विच तुसी अदला बदली कर सकते हो। लेकिन ये जेड़ा मिसरा है मूहों की बोलन इस लगदा ते इंज वा कि जिवें ये सवाल किया जा रहा है जिवें इस तो पहला सीगा कि उहदे सामने की रखिए वह भी सवाल लगता सी, यह भी सवाल लगता। लेकिन असल दे विच इस सवाल तो ज्यादा ये एक तरह की टांट हैगी है कि तुसी ऐसी ऐसी हस्ती नूं जिहड़ी कि हर शय दिंदी है और दिंदी जांदी है उहनूं तुहाडियां शैवां तुहाडियां जिहड़ियां नजराने ने या तुहाडियां जिहड़ियां दुआवां दे लफ्ज़ ने उहनां नूं उस नूं उहनां दी की जरूरत हैगी है, उहनूं कोई जरूरत नहीं है। लिहाजा ये बेसिकली ये बेसिकली निगेशन हैगी है कि ऐसे बोल हो सकते ने जिन्हां बोलां दे नाल जिहड़ी वह हस्ती है वह तुहाडे नाल प्यार करना शुरू हो जाए। मतलब ऐसे बोलां दे अंदर कुछ नहीं हुंदा। और फिर तुसीं बोलां दे अंदर ये भी देख लो कि बई दुनिया दे विच लखां जबानां ने, लखां जबानां दे लख लख करोड़ां अरबां लफ्ज़ ने, उहनां दे विचों किहड़े ने जिहड़े के तुसीं कह सकदे हो कि इह संसारी हस्ती दे नाल नूं चंगे लग जाणगे। इह मतलब लफ्ज़ां दे अंदर अपनी कोई ताकत नहीं हुंदी। अमृत वेला सच नाम वड्याई विचार। अमृत वेला वैसे कहिंदे ने वड्डे वेले नूं, यानी बहुत तड़का। इहदे लई एक होर पंजाबी दा लफ्ज़ भी हैगा जलांग। जलांग जदों अजे पोह फुटण तों थोड़ा जिहा पहले शुरू हुंदा है ते इहदा जलांग दा जिहड़ी वरतों है वारिशां ने कीती है। ਜਿਵੇਂ ਚੋਰ ਨੂੰ ਖੌਫ ਜਲਾਂਗਦਾ ਹੈ, ਯਾਨੀ ਜਿਵੇਂ ਚੋਰ ਨੂੰ ਇਹ ਖੌਫ ਹੈ ਕਿ ਦਿਨ ਦੀ ਰੋਸ਼ਨੀ ਹੋ ਜਾਣੀ ਹੈ ਅਤੇ ਉਹਨੇ ਫੜੇ ਜਾਣਾ ਹੈ। ਲੇਕਿਨ ਇੱਥੇ ਇਹ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਏ ਵਿਚਾਰ। ਇਹਨੂੰ ਤੁਸੀਂ ਇਵੇਂ ਸਮਝ ਸਕਦੇ ਹੋ ਕਿ ਅੰਮ੍ਰਿਤ ਵੇਲਾ ਜਦੋਂ ਕਿ ਅਜੇ ਤੁਸੀਂ ਦੁਨੀਆਂ ਦਿਆਂ ਕੰਮਾਂ ਦੇ ਵਿੱਚ ਦੁਨੀਆਂ ਦੀਆਂ ਰਫੜਾਂ ਦੇ ਵਿੱਚ ਨਹੀਂ ਪਏ, ਉਸ ਵੇਲੇ ਤੁਸੀਂ ਉਹਦੀ ਵਡਿਆਈ ਦੇ ਬਾਰੇ 'ਚ ਵਿਚਾਰ ਕਰ ਸਕਦੇ ਹੋ ਜਾਂ ਵਡਿਆਈ ਔਰ ਉਹਦੇ ਵਿਚਾਰ ਜਿਹੜੇ ਨੇ ਉਹਨਾਂ ਬਾਰੇ ਤੁਸੀਂ ਕਰ ਸਕਦੇ ਹੋ। ਅੱਛਾ, ਅੰਮ੍ਰਿਤ ਵੇਲਾ ਜਿਹੜਾ ਹੈ ਇੱਕ ਤਾਂ ਦਿਨ ਦਾ ਹਿੱਸਾ ਹੋ ਸਕਦਾ ਹੈ ਕਿ ਜਿਹਨੂੰ ਅਸੀਂ ਸਵੇਰਾ ਕਹਿੰਦੇ ਹਾਂ, ਵੱਡਾ ਵੇਲਾ ਵੀ ਕਹਿੰਦੇ ਹੈ, ਸੁਬਾਹ ਵੀ ਕਹਿੰਦੇ ਹੈ। ਇੱਕ ਇਹ ਵੀ ਇਹਨੂੰ ਇੰਜ ਵੀ ਪੜਿਆ, ਮੇਰੇ ਖਿਆਲ ਦੇ ਵਿੱਚ ਇਹਨੂੰ ਇੰਜ ਵੀ ਪੜਿਆ ਜਾ ਸਕਦਾ ਹੈ ਕਿ ਅੰਮ੍ਰਿਤ ਵੇਲਾ ਉਹ ਹੈ ਜਦੋਂ ਕਿ ਇਨਸਾਨੀ ਜ਼ਿੰਦਗੀ ਜਿਹੜੀ ਹੈ ਉਹ ਜਦੋਂ ਸ਼ੁਰੂ ਹੋਈ, ਬਹੁਤ ਆਪਣੇ ਪਹਿਲੇ ਵੇਲਿਆਂ ਦੇ ਵਿੱਚ। ਉਹਨੂੰ ਇੰਜ ਵੀ ਲਿਆ ਜਾ ਸਕਦਾ ਹੈ ਕਿ ਅਗਰ ਉਸ ਜ਼ਿਹਨ ਨਾਲ ਅਗਰ ਤੁਸੀਂ ਸੋਚੋ ਤੇ ਫਿਰ ਉਹਦੀ ਵਡਿਆਈ ਤੇ ਉਹਦਾ ਵਡਿਆਈ ਦਾ ਵਿਚਾਰ ਹੋ ਸਕਦਾ ਹੈ ਜਾਂ ਵਡਿਆਈ ਤੇ ਉਹਦੇ ਵਿਚਾਰ ਜਿਹੜੇ ਨੇ ਉਹਨਾਂ ਦਾ ਤੁਹਾਨੂੰ ਤੁਹਾਡੇ ਤੇ ਚਾਨਣ ਹੋ ਸਕਦਾ ਹੈ। ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆਰ।
ਇਹ ਕਰਮ ਦਾ ਜਿਹੜਾ ਲਫ਼ਜ਼ ਹੈ ਇਹ ਬਹੁਤ ਇੰਪੋਰਟੈਂਟ ਹੈਗਾ ਔਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਵਾਰੀ ਜਪਜੀ ਸਾਹਿਬ ਵਿੱਚ ਆਉਂਦਾ ਹੈ ਔਰ ਸਾਡੇ ਸਾਡੀ ਆਮ ਜ਼ਬਾਨ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਆਮ ਤੌਰ 'ਤੇ ਕਿਹਾ ਜਾਂਦਾ ਜੀ ਬੰਦੇ ਦਾ ਕੀ ਇਹਦੇ ਵਿੱਚ ਹੱਥ ਹੈ, ਇਹ ਤਾਂ ਕਰਮਾਂ ਦਾ, ਇਹ ਤਾਂ ਕਰਮਾਂ ਦੀ ਗੱਲ ਹੈ। ਕਰਮਾਂ ਦਾ ਮਤਲਬ ਲਿਆ ਜਾਂਦਾ ਕਿਸਮਤ, ਡੈਸਟੀਨੀ, ਜਿਹੜੀ ਪਹਿਲੇ ਤੋਂ ਲਿਖੀ ਹੋਈ ਹੈ। ਲੇਕਿਨ ਇਹ ਜਿਹੜਾ ਮਤਲਬ ਹੈ ਕਰਮ ਦਾ, ਕਿਸਮਤ, ਡੈਸਟੀਨੀ, ਇਹ ਗਲਤ ਹੈਗਾ। ਕਰ ਦਾ ਮਤਲਬ ਹੁੰਦਾ ਹੱਥ। ਤੁਸੀਂ ਸੁਣਿਆ ਹੋਣਾ ਹੈ ਕਿ ਜੇ ਬੰਦੇ ਦੇ ਕਰ ਪੈਰ ਚੰਗੇ ਹੋਣ, ਜੇ ਕਰ ਪੈਰਾਂ ਵਾਲਾ ਹੋਵੇ, ਇਸ ਤਰ੍ਹਾਂ ਫਿਕਰਾ ਬੋਲਿਆ ਜਾਂਦਾ ਪੰਜਾਬੀ ਚ। ਮਤਲਬ ਆਮ ਤੌਰ ਤੇ ਹੱਥ ਨੂੰ ਕਰ ਤੇ ਨਹੀਂ ਕਿਹਾ ਜਾਂਦਾ, ਲੇਕਿਨ ਜਿਹੜੀ 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 ਕਲਾਸੀਕਲ ਪੰਜਾਬੀ ਹੈ ਉਹਦੇ ਵਿੱਚ ਕਰਮ ਦਾ ਮਤਲਬ ਹੱਥ ਹੈ, ਤੇ ਕਰਮ ਦਾ ਮਤਲਬ ਹੈਗਾ ਉਹ ਜਿਹੜਾ ਕਿ ਤੁਸੀਂ ਹੱਥ ਨਾਲ ਕੰਮ ਕਰਦੇ ਹੋ, ਯਾਨੀ ਤੁਹਾਡੀ ਆਪਣਾ ਜਿਹੜਾ ਤੁਹਾਡਾ ਕੀਤਾ ਹੋਇਆ ਯਤਨ ਹੈ। ਕਰਮੀ ਆਵੇ ਕੱਪੜਾ, ਯਾਨੀ ਜਿਹੜਾ ਤੁਹਾਨੂੰ ਕੱਪੜਾ ਮਿਲਦਾ ਹੈ ਆਪਣੇ ਆਪ ਨੂੰ ਢੱਕਣ ਲਈ, ਜੋ ਤੁਹਾਨੂੰ ਜੋ ਮਿਲਦਾ ਹੈ ਉਹ ਤੁਹਾਨੂੰ ਆਪਣੀ ਕਰਮਾਂ ਨਾਲ ਮਿਲਦਾ ਹੈ, ਯਾਨੀ ਤੁਹਾਨੂੰ ਕਰਸ ਨਾਲ ਮਿਲਦਾ ਹੈ, ਤੁਹਾਨੂੰ ਆਪਣੇ ਹੱਥਾਂ ਨਾਲ ਕੀਤੇ ਜਾਂ ਆਪਣੇ ਜੁੱਸੇ ਨਾਲ ਕੀਤੇ ਜਿਹੜਾ ਹੈ ਉਹ ਮਿਲਦਾ ਹੈ। ਤੇ ਕਰਮੀ ਆਵੇ ਕੱਪੜਾ, ਨਦਰੀ ਮੂਖ ਦੁਆਰ, ਤੇ ਕਰਮਾਂ ਦੇ ਨਾਲ ਹੀ, ਯਾਨੀ ਕਰਮ ਦੇ ਨਾਲ ਹੀ, ਕਰਮ ਦੇ ਨਾਲ ਹੀ ਮੂਖ ਦਾ ਮਤਲਬ ਮੂਖ ਦਾ ਮਤਲਬ ਹੈ ਆਜ਼ਾਦੀ, ਖੁੱਲ, ਦੁਆਰ ਦਾ ਮਤਲਬ ਹੈ ਦਰਵਾਜ਼ਾ, ਬੂਹਾ, ਕਿ ਤੁਹਾਨੂੰ ਜਿਹੜਾ ਆਜ਼ਾਦੀ ਦਾ ਜਿਹੜਾ ਬੂਹਾ ਹੈ ਉਹ ਤੁਹਾਨੂੰ ਨਜ਼ਰ ਆ ਜਾਂਦਾ ਹੈ ਤੁਹਾਡੀ ਆਪਣੀ ਕਰਮ ਦੇ ਨਾਲ। ਅੱਛਾ, ਹੁਣ ਇਹਦੇ ਵਿੱਚ ਇਹ ਜਿਹੜੀਆਂ ਪਹਿਲੀਆਂ ਫਿਲਾਸਫੀਜ਼ ਨੇ ਉਹ ਮੋਸਟਲੀ ਹਿੰਦੁਸਤਾਨ ਦੀਆਂ ਫਿਲਾਸਫੀ ਜਿਹੜੀਆਂ ਨੇ, ਜਿਨ੍ਹਾਂ ਵਿੱਚ ਬੁੱਧਿਜ਼ਮ ਵੀ ਸ਼ਾਮਿਲ ਹੈ, ਜੈਨਿਜ਼ਮ ਵੀ ਸ਼ਾਮਿਲ ਹੈ ਤੇ ਬਾਕੀ ਸਾਰੀਆਂ ਫਿਲਾਸਫੀ ਵੀ ਸ਼ਾਮਿਲ ਹੈ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਬੇਸਿਕ ਕਾਨਸੈਪਟ ਜਿਹਦੇ ਉੱਤੇ ਬਹੁਤਾ ਧਿਆਨ ਦਿੱਤਾ ਜਾਂਦਾ ਹੈ ਔਰ ਜਿਹਦੇ ਲਈ ਆਰਗਿਊ ਕੀਤਾ ਜਾਂਦਾ ਹੈ ਉਹ ਇਹ ਹੈ ਕਿ ਬੰਦਾ ਜਿਹੜਾ ਹੈ ਉਹ ਦੁੱਖਾਂ 'ਚ ਫਸਿਆ ਹੈ ਔਰ ਉਹਦਾ ਹੀ ਇੱਕ ਜਿਹੜੀ ਰਿਫਲੈਕਸ਼ਨ ਹੈ ਉਹ ਹੈ ਕਿ ਉਹ ਮਰਨ ਜੀਵਨ ਦੇ ਗੇੜ ਵਿੱਚ ਜਾਂ ਆਵਾਗਮਨ ਦੇ ਗੇੜ ਵਿੱਚ ਪਿਆ ਹੈ ਅਤੇ ਉਹ ਆਜ਼ਾਦੀ ਲੱਭ ਰਿਹਾ ਹੈ ਅਤੇ ਸਾਰੇ ਮਜ਼ਹਬ ਜਿਹੜੇ ਨੇ ਉਹ ਮੁਖਤਲਿਫ ਤਰੀਕੇ ਦੱਸਦੇ ਨੇ ਕਿ ਜੀ ਉਹ ਆਜ਼ਾਦੀ ਕਿਵੇਂ ਲੱਭ ਸਕਦੀ ਹੈ ਔਰ ਬੁੱਧਿਜ਼ਮ ਮਿਸਾਲ ਦੇ ਤੌਰ 'ਤੇ ਬੁੱਧਿਜ਼ਮ ਦੇ ਵਿੱਚ ਅਗਰ ਦੇਖੋ ਤਾਂ ਉਹ ਆਜ਼ਾਦੀ ਤੁਹਾਨੂੰ ਦੁਨੀਆਂ ਛੱਡ ਕੇ, ਦੁਨੀਆਂ ਦੇ ਕੰਮ ਛੱਡ ਕੇ ਵੱਖਰਾ ਰਹਿਣ ਦੇ ਨਾਲ ਮਿਲਦੀ ਹੈ। ਤੇ ਲੇਕਿਨ ਗੁਰੂ ਨਾਨਕ ਜੀ ਇੱਥੇ ਇਹ ਕਹਿ ਰਹੇ ਨੇ ਕਿ ਇਹ ਜਿਹੜਾ ਖੁੱਲ ਦਾ, ਆਜ਼ਾਦੀ ਦਾ ਜਿਹੜਾ ਦਰਵਾਜ਼ਾ ਹੈ ਇਹ ਤੁਹਾਨੂੰ ਦੁਨੀਆਂ ਤੋਂ ਬਾਹਰ ਬਹਿਣ ਨਾਲ ਜਾਂ ਕੁਛ ਜਪਣ ਨਾਲ, ਲਫ਼ਜ਼ ਜਪਣ ਨਾਲ ਜਾਂ ਕੁਰਬਾਨੀਆਂ ਕਰਨ ਨਾਲ ਨਹੀਂ ਤੁਹਾਨੂੰ ਨਜ਼ਰ ਆ ਸਕਦਾ। ਇਹ ਤੁਹਾਡਾ ਦੁਨੀਆਂ ਦੇ ਵਿੱਚ ਜੋ ਤੁਹਾਡੇ ਕਰਮ ਨੇ, ਜਿਹੜੇ ਤੁਹਾਡੇ ਕੰਮ ਨੇ ਜਿਹੜੇ ਤੁਸੀਂ ਆਪਣੀ ਹੱਥੀਂ ਕਰਦੇ ਹੋ, ਇਹ ਉਹਨਾਂ ਦਾ ਨਤੀਜਾ, ਉਹਨਾਂ ਦੇ ਨਤੀਜੇ ਵਿੱਚ ਤੁਹਾਨੂੰ ਉਹ ਦਰਵਾਜ਼ਾ ਨਜ਼ਰ ਆਉਂਦਾ ਹੈ।
ਕੋਈ ਮਤਲਬ ਜੇ ਕਰਮ ਦਾ ਮਤਲਬ ਕਿਸਮਤ ਲਿਆ ਜਾਏ ਤੇ ਕਿਸਮਤ ਤੇ ਰੈਂਡਮ ਹੁੰਦੀ ਹੈ। ਰੈਂਡਮ ਹੋਣ ਦਾ ਮਤਲਬ ਇਹ ਹੈ ਕਿ ਕਦੀ ਬਾਈ ਚਾਂਸ ਉਹ ਪੋਜ਼ਿਟਿਵ ਹੋ ਜਾਂਦੀ ਹੈ ਤੁਹਾਡੇ ਵੱਲ, ਕਦੀ ਬਾਈ ਚਾਂਸ ਨੈਗੇਟਿਵ ਹੋ ਜਾਂਦੀ ਹੈ ਤੁਹਾਡੇ ਵੱਲ, ਤੇ ਉਹਦਾ ਕੋਈ ਕਾਨੂੰਨ ਤੇ ਨਾ ਹੋਇਆ ਫਿਰ। ਮਤਲਬ ਜੇ ਕਿਸਮਤ ਆ ਤੇ ਕਿਸਮਤ ਦਾ ਤੇ ਕੋਈ ਕਾਨੂੰਨ ਨਹੀਂ ਨਾ ਹੈਗਾ ਕਿ ਕਿਉਂ ਕਿਸੇ ਬੰਦੇ ਦੀ ਇੱਕ ਖਾਸ ਕਿਸਮਤ ਬਣੀ ਹੈ ਜਾਂ ਉਹਦੀ ਕਿਸਮਤ ਖਾਸ ਤਰ੍ਹਾਂ ਕਿਉਂ ਲਿਖੀ ਗਈ ਹੈ, ਉਹਦੇ ਵਿੱਚ ਕੋਈ ਲਾਜਿਕ ਤਾਂ ਨਹੀਂ ਹੈਗੀ ਨਾ। ਉਹਦੇ ਉਹ ਤੇ ਰੈਂਡਮ ਹੈ, ਬਿਲਕੁਲ ਕਿਸੇ ਦੀ ਮਰਜ਼ੀ, ਕਿਸੇ ਦੀ ਹੋਰ ਦੀ ਮਰਜ਼ੀ ਹੈ। ਤੇ ਮਰਜ਼ੀ ਜਿਹੜੀ ਹੈ ਉਹ ਤੇ ਅਗਰ ਇਨਸਾਨੀ ਮਰਜ਼ੀ ਨੂੰ ਦੇਖੋ ਤੇ ਉਹ ਤੇ ਬਦਲਦੀ ਰਹਿੰਦੀ ਹੈ। ਕਦੀ ਬੰਦਾ ਜਿਹੜਾ ਹੈ ਇੱਕ ਚੀਜ਼ ਨਾਲ ਜਾਂ ਇੱਕ ਦੂਜੇ ਨਾਲ ਕਦੀ ਰਾਜ਼ੀ ਹੋ ਜਾਂਦਾ, ਕਦੀ ਨਾਰਾਜ਼ ਹੋ ਜਾਂਦਾ, ਡਿਪੈਂਡ ਕਰਦਾ। ਸੋ ਉਹ ਸਾਰਾ ਪ੍ਰੋਸੈਸ ਜਿਹੜਾ ਉਹ ਤੇ ਰੈਂਡਮ ਹੈ, ਔਰ ਉਹਦੀ ਕੋਈ ਲੌਜੀਕਲ ਮੰਤਕੀ ਉਹਦਾ ਕੋਈ ਤਫਸੀਰ ਨਹੀਂ ਹੈਗੀ। ਲੇਕਿਨ ਜੇ ਕਰਮ ਹੋਣ, ਇਹ ਜਿਹੜੀ ਤੁਹਾਡੀ ਕਰਤ ਹੈ, ਜਿਹੜੀ ਤੁਹਾਡੇ ਹੱਥਾਂ ਦੇ ਕੀਤੇ ਜਿਹੜੇ ਤੁਹਾਡੇ ਯਤਨ ਨੇ, ਅਗਰ ਉਹਨਾਂ ਨੂੰ ਬੁਨਿਆਦ ਬਣਾਇਆ ਜਾਵੇ ਤੇ ਫਿਰ ਉਹ ਠੋਸ ਕੰਕਰੀਟ ਬੁਨਿਆਦ ਬਣ ਜਾਂਦੀ ਹੈ ਜੋ ਤੁਹਾਨੂੰ ਮਿਲਦਾ ਹੈ। ਯਾਨੀ ਮਟੀਰੀਅਲ ਚੀਜ਼ਾਂ ਦੀ ਸ਼ਕਲ ਦੇ ਵਿੱਚ ਜਿਹਦਾ ਕਿ ਇੱਥੇ ਜਿਹਦੇ ਲਈ ਸਿੰਬਲ ਇਸਤੇਮਾਲ ਹੋਇਆ ਕੱਪੜਾ, ਜਾਂ ਤੁਹਾਨੂੰ ਜਿਹੜੀ ਤੁਹਾਡੇ ਸ਼ਊਰ ਨੂੰ, ਕਾਨਸ਼ੀਅਸਨੈਸ ਨੂੰ ਜਿਹੜੀ ਆਜ਼ਾਦੀ ਮਿਲਦੀ ਹੈ, ਤੁਹਾਨੂੰ ਖੁੱਲ੍ਹਦਾ ਜਿਹੜਾ ਐਕਸਪੀਰੀਅੰਸ ਹੁੰਦਾ ਹੈ, ਉਹ ਸਰਟਨ ਕਰਤਾਂ ਦੇ ਨਾਲ ਹੁੰਦਾ ਹੈ। ਤੇ ਫਿਰ ਤੇ ਉਹ ਇੱਕ ਲੌਜੀਕਲ ਦਲੀਲ ਹੋ ਗਈ। ਇਸ ਲਈ ਇਹਨੂੰ ਤੁਸੀਂ ਕਰਮ ਔਰ ਕਰਮ ਦੇ ਮਹਿਨਿਆਂ ਨੂੰ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਕੱਢ ਕੇ ਇਹ ਨਵੇਂ ਮਹਿਨੇ ਤੁਹਾਨੂੰ ਬਿਠਾਉਣੇ ਚਾਹੀਦੇ ਨੇ। ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਨਾਨਕ ਇਸ ਗੱਲ ਨੂੰ ਇੰਜ ਸਮਝਿਆ ਜਾ ਸਕਦਾ ਹੈ ਕਿ ਉਹ ਜਿਹੜਾ ਜਿੱਥੋਂ ਸ਼ੁਰੂ ਹੋਏ ਸਾਂ ਅਸੀਂ ਸੱਚਾ ਸਾਹਿਬ, ਉਹ ਆਪ ਹੀ ਸਭ ਕੁਝ ਹੈ। ਇਹਦਾ ਕੀ ਇਸ ਲਾਈਨ ਦਾ ਫਿਰ ਮਤਲਬ ਕੀ ਨਿਕਲਿਆ? ਮੇਰੇ ਖਿਆਲ ਚ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਬਾਕੀ ਸੂਰਤਾਂ ਨੇ, ਆਖੀਏ ਮੰਗੇ ਦੇ, ਅਸੀਂ ਮੰਗਦੇ ਹਾਂ ਉਹ ਦਿੰਦਾ ਹੈ, ਅਸੀਂ ਕੁਛ ਉਹਦੇ ਅੱਗੇ ਰੱਖਦੇ ਹਾਂ ਤੇ ਉਹਦਾ ਦਰਬਾਰ ਦਿਸਦਾ ਹੈ, ਅਸੀਂ ਬੋਲਦੇ ਹਾਂ ਤੇ ਉਹ, ਤੇ ਇਹ ਅਸੀਂ ਤੇ ਉਹ ਦਾ ਅਸੀਂ ਇਹਦੇ ਇਹ ਜਿਹੜੇ ਸਵਾਲ ਨੇ ਔਰ ਇਹ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਜਵਾਬ ਨੇ, ਉਹਨਾਂ ਵਿੱਚ ਇਹ ਫਰਜ਼ ਕਰਕੇ ਚੱਲਿਆ ਜਾ ਰਿਹਾ ਕਿ ਅਸੀਂ ਤੇ ਉਹ ਵੱਖ ਵੱਖ ਹੈ। ਇਸੇ ਲਈ ਅਸੀਂ ਬੋਲੀਏ ਤੇ ਉਹ ਸੁਣੇ, ਅਸੀਂ ਕੁਰਬਾਨੀ ਕਰੀਏ ਤੇ ਉਹ ਉਹਨੂੰ ਵੇਖੇ ਜਾਂ ਉਹਨੂੰ ਕਬੂਲ ਕਰੇ, ਤੇ ਅਸੀਂ ਤੇ ਉਹ ਦੋ ਵੱਖਰੀਆਂ ਵੱਖਰੀਆਂ ਹਕੀਕਤਾਂ ਇਹਨਾਂ ਸਵਾਲਾਂ ਦੇ ਵਿੱਚ ਨਜ਼ਰ ਆਉਂਦੀਆਂ ਨੇ। ਲੇਕਿਨ ਗੁਰੂ ਨਾਨਕ ਜੀ ਇਸ ਆਖਰੀ ਲਾਈਨ ਦੇ ਵਿੱਚ ਇਹ ਕਹਿ ਰਹੇ ਨੇ ਕਿ ਇਹ ਦੂਜ ਹੈ ਹੀ ਨਹੀਂ ਹੈ, ਇਹ ਦੂਜ ਦੇ ਦੂਜ ਵਿਪਾ ਕੇ ਆਪਣੇ ਔਰ ਸੰਸਾਰੀ ਅਸਤੀ ਦੇ ਦਰਮਿਆਨ ਦੂਜ ਪਾ ਕੇ ਜਿਹੜਾ ਹੈ ਉਹ
मसला समझ नहीं आ सकता, हल नहीं हो सकता, क्योंकि वो आप ही है सब कुछ। मतलब आप ही सब कुछ का मतलब है कि ओदी होन दे अपने ही ये सारे कानून ने जिन्हां दे तहत ये सारा कोहीजन है, एक दूजे नाल जुड़ी हुई गल्लां ने ही है। तो इन्हां नूं दूज समझ के सैपरेट समझ के समझा नहीं जा सकता। तो कुछ इस तरीके मैनू तो ये पौड़ी समझ आई है। तो हूँ जो तुम कोई सवाल इत करना हो तो करो करो। मंजूर साहब है जी, कर्म की गल है ना, वो हिंदू मत विच भी आई है, हिंदू मत विच भी जी। बाबा जी भी कर्म की गल कर रहे हैं, ते एदे च की फर्क है हिंदू मत दा ते नानकी दे, नानकी फलसफे दे विच? जेड़ा हिंदू मत दे विच कर्म ने, अच्छा इत्थे तुसी ये समझ लो कि एक होर गल नूं भी अपने सामने रखो कि हिंदू फिलासफी दे विच जिहड़ी डिबेट है वो कर्मवाद ते जन्मवाद दी है। बेसिक जड़ा जड़ी जड़ी डिबेट है, जन्मवाद ये है कि तुसी जिस हसीब विच जम्मे हो ते वो तुहाडे जम्मण दे नाल you are entitled to certain privileges or certain miseries, so wo tuhanu sirf jamman di jamman vaad hai jehda ke primary hai, dooja hai karm vaad ohde muqable janam vaad de muqable ch, te karm vaad jehda hai ohda matlab hai ke jo tusi मैटर नहीं करता कि तुसी तुहाडा जन्म कित्थे होया क्यों होया, बल्कि यह है कि तुहाडी करतां जिहड़ियां ने वो की ने। मेरा ख्याल है कि जिहड़ी हिंदू मत दे विच जिहनूं असीं जिथे कर्म यूज दा लफ्ज यूज हुंदा है ना, ते वो असल दे विच जन्मवाद दे मायनिआं दे विच वरत्या हुंदा है कि वो ਉਹਦੇ ਉਹਦੇ ਜਿਹੜੇ ਜਿਹੜੇ ਇੰਪਲਿਸਿਟ ਜਿਹੜੇ ਮਾਇਨੇ ਹੁੰਦੇ ਨੇ ਉਹ ਉਹ ਹੀ ਹੁੰਦੇ ਨੇ ਜਿਹੜੇ ਜਨਮਵਾਦ ਦੇ ਨੇ। ਲੇਕਿਨ ਗੁਰੂ ਨਾਨਕ ਜੀ ਇੱਥੇ ਜਿਹੜਾ ਹੈ ਉਹਨੂੰ ਬਿਲਕੁਲ ਉਹਨੂੰ ਜਨਮਵਾਦ ਦੀ ਨਿਗੇਸ਼ਨ ਕਰ ਰਹੇ ਨੇ ਔਰ ਸਿਰਫ ਕਰਮ ਕਰਦੇ ਮੈਂ ਵੀ ਹੈਵ ਦ ਰੈਕੋਰਡਸ ਆਫ ਵਾਟ ਵੀ ਪੇਡ जी। ए अच्छा अंतर है डॉक्टर साहब, किरत और करत, किरत से हो गया ना कि जो समय दियो कि नसीबा लिखी गई है बस वही मिल रहा है, तो करत है कि कुछ करो कर दे हो जो कर दे हो अपने हड्डा नाल जो तुसी करना है। हाँ जी सर जी, ਆਪਾਂ ਵੀ ਆ ਟਾਕਿੰਗ ਅਬਾਊਟ ਕਰਮ ਪ੍ਰਧਾਨ ਤੇ ਜਨਮ ਪ੍ਰਧਾਨ, ਰਾਈਟ, ਜਿਹੜਾ ਆਪਾਂ ਗੱਲ ਕਰ ਰਹੇ ਸੀ, ਹੈ ਨਾ ਜੀ? ਬਿਲਕੁਲ। ਤੇ ਕਿਉਂਕਿ ਜਿਹੜਾ ਜਿਹੜਾ ਜਨਮ ਹੈ ਡਾਕਟਰ ਸਾਹਿਬ ਜੀ, ਦੈਟ ਇਜ਼ ਜਸਟ ਅ ਰੈਂਡਮ ਇਵੈਂਟ, ਰਾਈਟ? ਸੋ ਇਸ, ਹਾਂ ਸਮਝ ਆਈ ਗੱਲ, ਜਿਹੜਾ ਜਨਮ ਜਨਮ ਹੈ ਉਹ ਤੇ ਰੈਂਡਮ ਹੈ, ਉਹ ਤੇ ਤੁਹਾਡੇ ਅਖਤਿਆਰ ਚ ਨਹੀਂ ਹੈ ਨਾ, ਹਾਂ ਉਹ ਤੇ ਗਿਵਨ ਹੈ। ਲੇਕਿਨ ਜਿਹੜਾ ਕਰਮ ਹੈ ਜਿਹੜਾ ਕਰਨਾ ਹੈ, ਮੈਂ ਤੁਸੀਂ ਮਤਲਬ ਇਹ ਜਿਹੜਾ ਕਰਮ ਦਾ ਲਫ਼ਜ਼ ਖੁਦ ਜਿਹੜਾ ਹੈ ਤੁਹਾਨੂੰ ਮੈਂ ਦੱਸਿਆ ਹੈ ਕਿ ਇਹ ਕਰ ਤੋਂ ਬਣਿਆ ਹੈ, ਤੇ ਕਰ ਦਾ ਮਤਲਬ ਹੱਥ ਹੁੰਦਾ ਹੈ ਕਿ ਜਿਹੜਾ ਤੁਸੀਂ ਹੱਥੀ ਕਰਨਾ ਹੈ ਉਹ ਉਹਦੇ ਨਤੀਜੇ ਨਿਕਲਣੇ ਹੈ। ਆਈਡੀਅਲਿਜ਼ਮ, ਆਈਡੀਅਲਿਜ਼ਮ ਐਂਡ ਮਟੀਰੀਅਲਿਜ਼ਮ ਵੀ ਇੱਥੇ ਫਿੱਟ ਹੁੰਦੀ ਹੈ। ਹਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਿਹੜੀ ਕਹਿੰਦੇ ਨੇ ਪ੍ਰਿਮਿਟਿਵ ਮਟੀਰੀਅਲਿਜ਼ਮ ਜਾਂ ਪ੍ਰੋਟੋ ਮਟੀਰੀਅਲਿਜ਼ਮ ਇਹਨੂੰ ਕਹਿੰਦੇ ਨੇ ਆਮ ਤੌਰ ਤੇ, ਉਸ ਜ਼ਮਾਨੇ ਦੀ ਮਟੀਰੀਅਲਿਜ਼ਮ। ਹਾਂਜੀ ਜੀ ਨਾਸਰ ਸਾਹਿਬ। ਹਾਂਜੀ
ਮੈਂ ਗੱਲ ਕਰਨੀ ਸੀ ਕਿ ਜਿਸ ਤਰ੍ਹਾਂ ਪੌੜੀ ਵੈਸੇ ਉਹ ਆਉਂਦਾ ਕਿ ਜੀ ਸੱਚ ਸਾਹਿਬ ਦੀ ਗੱਲ ਹੈ ਕਿ ਜੀ ਉਹ ਸਿਰਫ ਕਿਸੇ ਪਾਸੇ ਜਾਣ ਨਾਲ ਜਾਂ ਕੋਈ ਬੋਲਣ ਨਾਲ ਕੋਈ ਕੰਮ ਨਹੀਂ ਬਣੇਗਾ ਜਾਂ ਜੋ ਤੁਹਾਡਾ ਆਪਣਾ ਕਰਤ ਹੈ ਉਹਦੇ ਨਾਲ ਹੀ ਹੋਏਗਾ ਉਹ ਤੇ ਉਸ ਤਰ੍ਹਾਂ ਚੀਜ਼ ਉਹ ਸਾਰੀ ਸਮਝ ਆਉਂਦੀ ਹੈ। ਲੇਕਿਨ ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਦੀ ਹਰ ਪੌੜੀ ਜੋ ਹੈ ਉਹ ਬੜੀ ਮੈਥਮੈਟੀਕਲ ਹੁੰਦੀ ਹੈ ਤੇ ਮੈਂ ਅੱਜ ਕੱਲ ਦੇ ਹਿਸਾਬ ਨਾਲ ਕਹਿ ਰਿਹਾ ਵੈਸੇ ਯਾਨੀ ਉਹਦੇ ਅੰਦਰ ਇਹ ਵਾਲੀ ਜੋ ਲਾਈਨ ਹੈ ਉਹ ਯਾਨੀ ਹਾਓ ਦੈਟ ਫਿਟਸ ਇਨ ਇਨਟੂ ਐਵਰੀਥਿੰਗ ਐਲਸ ਜੋ ਸੁਬਾ ਵੇਲੇ ਦੀ ਗੱਲ ਹੋ ਰਹੀ ਹੈ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਮਤਲਬ ਇਹ ਹੈ ਕਿ ਜਿਹੜਾ ਨਾਲ ਉਹ ਕਿਸ ਤਰ੍ਹਾਂ ਹੁੰਦੀ ਹੈ ਫਿਟ ਨਾ ਮੇਰਾ ਮਤਲਬ ਇਹ ਹੈ ਕਿ ਜਿਹੜਾ ਸੱਚਾ ਨਾਂ ਹੈ ਨਾ ਪਹਿਲੇ ਸ਼ੁਰੂ ਤੇ ਹੁੰਦਾ ਨਾ ਸਾਚਾ ਸਾਹਿਬ ਸਾਚ ਨਾ ਠੀਕ ਇਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਕਿ ਉਹ ਸੱਚਾ ਹੈ ਲੇਕਿਨ ਇਹਦੀ ਇਸ ਉਹਦੇ ਸੱਚੇ ਸਾਹਿਬ ਹੋਣ ਦੀ ਜਾਂ ਸੱਚੇ ਨਾ ਹੋਣ ਦੀ ਜਿਹੜੀ 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 ਕਿਹੜੀ ਕੰਡੀਸ਼ਨਸ ਨੇ ਜਿਹਨਾਂ ਤਹਿਤ ਇਹ ਤੁਹਾਨੂੰ ਰੈਕਗਨਾਈਜ਼ ਹੋ ਸਕਦਾ ਇਹ ਤਲਕ ਹੈ ਇਸ ਲਾਈਨ ਦਾ ਬਾਕੀ ਪੌੜੀ ਦੇ ਨਾਲ ਮਤਲਬ ਇਹ ਕਿ ਜਾਂ ਤਾਂ ਤੁਸੀਂ ਅਰਲੀਐਸਟ ਜਿਹੜੀ ਹਿਊਮਨ ਕਾਨਸ਼ੀਅਸਨੈਸ ਹੈ ਉਹ ਜਾਂ ਵੇਲੇ ਦੇ ਹਿਸਾਬ ਨਾਲ ਜਦੋਂ ਤੁਸੀਂ ਬਾਕੀ ਚੀਜ਼ਾਂ ਵਿੱਚ ਨਹੀਂ ਫਸੇ ਹੁੰਦੇ ਤੇ ਤੁਸੀਂ ਇਹ ਜਿਹੜੀ ਉਹਦਾ ਜਿਹੜੀ ਉਹਦਾ ਸੱਚਾ ਨਾਂ ਹੈ ਉਹਨੂੰ ਉਸਦੇ ਹੋਣ ਨੂੰ ਤੁਸੀਂ ਰੈਕਗਨਾਈਜ਼ ਕਰ ਸਕਦੇ ਇਹ ਇਹ ਇਸ ਇਸ ਤਰ੍ਹਾਂ ਇਹਦੇ ਵਿੱਚ ਫਿੱਟ ਹੈ। ਇਹ ਦੇਖੋ ਨਾ ਪਹਿਲੇ ਆਉਂਦਾ ਹੈ ਕਿ ਫੇਰ ਕੀ ਅੱਗੇ ਰੱਖੀਏ ਫੇਰ ਕੀ ਮੂੰਹੋਂ ਬੋਲੀਏ ਇਹ ਸਵਾਲ ਜਿਹੜੇ ਨੇ ਇਹ ਚੁੱਕੇ ਗਏ ਨੇ ਕਿ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਕਿਸ ਵੇਲੇ ਲੱਭ ਸਕਦਾ ਹੈ ਤੇ ਤਾਂ ਇਹ ਲਾਈਨ ਆਉਂਦੀ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਿ ਜਿਹੜੀ ਹਕੀਕਤ ਹੈ ਉਹ ਇਸ ਤਰ੍ਹਾਂ ਤੁਹਾਨੂੰ ਤੁਹਾਡੇ ਤੋਂ ਖੁੱਲ ਸਕਦੀ ਹੈ ਤੇ ਫਿਰ ਉਹ ਹਕੀਕਤ ਕੀ ਹੈਗੀ ਹੈ ਉਸਦਾ ਫਿਰ ਅਗਲੀ ਲਾਈਨ ਤੋਂ ਸ਼ੁਰੂ ਹੁੰਦਾ ਹੈ ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆਰ ਸਰ ਜਿਹੜਾ ਅਰਬੀ ਦਾ ਕਰਮ ਹੈ ਉਹ ਮੁਖਤਲਿਫ ਹੈ ਇਸ ਤੋਂ ਜਿੱਦਾਂ ਮਨੀ ਬਲੈਸਿੰਗ ਜਾਂ ਕਰੀਮ ਮੁਹੱਬਤ ਉਹ ਮਤਲਬ ਉਹ ਮੁਖਤਲਿਫ ਹੈ ਹਾਂ ਉਹ ਇਹ 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 ਇਸ ਜਿਹੜਾ ਪੰਜਾਬੀ ਦਾ ਕਰਮ ਹੈ ਇਹਦਾ ਓਰਿਜਿਨ ਮੁਖਤਲਿਫ ਹੈ ਅੰਮ੍ਰਿਤ ਵੇਲਾ ਸਰ ਜੀ ਉਦੋਂ ਵੀ ਕਹਿ ਸਕਦੇ ਜਦ ਬਿਫੋਰ ਦ ਐਡਵੈਂਟ ਆਫ ਔਰਗਨਾਈਜ਼ਡ ਰਿਲੀਜਨ ਜਦ ਇਨਸਾਨ ਨੇਚਰ ਦੇ ਬੜਾ ਕਰੀਬ ਸੀ ਔਰ ਆਪਣੇ ਆਪ ਨੂੰ ਉਹਨੇ ਬਿਲਕੁਲ ਨੇਚਰ ਦੇ ਨਾਲ ਹੀ ਢਾਲਿਆ ਹੋਇਆ ਸੀ ਹਾਂ ਮਤਲਬ ਇਹ ਹੈ ਕਿ ਇਹ ਵੀ ਮੈਂ ਕਿਹਾ ਤੇ ਚੁੱਕਿਆ ਕਿ ਇਹ ਵੀ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਹੋ ਸਕਦੀ ਹੈ ਅੰਮ੍ਰਿਤ ਵੇਲੇ ਦੀ ਤੇ ਜ਼ਰੂਰੀ ਨਹੀਂ ਹੈ ਕਿ ਇਹ ਦਿਨ ਦੇ ਪਹਿਲੇ ਹਿੱਸੇ ਨੂੰ ਵੀ ਕਿਹਾ ਜਾ ਰਿਹਾ ਹੋਵੇ ਬਲਕਿ ਜਿਹੜੀ ਇਨਸਾਨੀ ਜ਼ਿੰਦਗੀ ਜਾਂ ਇਨਸਾਨੀ ਜਿਹੜੀ ਕਾਨਸ਼ੀਅਸਨੈਸ ਹੈ ਉਸਦਾ ਜਿਹੜਾ ਅਰਲੀਐਸਟ ਜਿਹੜਾ ਨੇਚਰ ਦੇ ਨਾਲ ਤਲਕ ਸੀ ਉਹਦੇ ਵੱਲ ਵੀ ਇਸ਼ਾਰਾ ਹੋ ਸਕਦਾ ਹੈ ਇਹ ਇਸ ਤਰ੍ਹਾਂ ਸੋਚ ਸਕਦੇ ਹਾਂ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਿ ਇਹ ਬਹੁਤ ਵੱਡੀ ਗੱਲ ਹੈ ਉਹਦੇ ਬਾਰੇ ਸੋਚਣਾ ਪਰ ਅੰਮ੍ਰਿਤ ਵੇਲਾ ਮੀਨ ਠੰਡੇ ਦਿਮਾਗ ਨਾਲ ਸੋਚਣ ਵਾਲੀ ਇਹ ਗੱਲ ਹੈਗੀ ਇਹ ਬਹੁਤ ਬਾਰੀਕ ਗੱਲ ਹੈ ਅੰਮ੍ਰਿਤ ਵੇਲਾ ਕਹਿ ਲਓ ਜਾਂ ਮੁੜ ਕਦੀਮ ਤੋਂ ਕਹਿ ਲਓ ਪਰ ਬਹੁਤ ਵੱਡੀ ਗੱਲ ਨੂੰ ਬੜੇ ਧਿਆਨ ਦੇ ਨਾਲ ਠੰਡੇ ਦਿਮਾਗ ਨਾਲ ਸੋਚਣ ਵਾਲੀ ਗੱਲ ਹੈ ਇਹ ਕਹਿ ਸਕਦੇ ਹਾਂ ਹਾਂ ਕਹਿ ਸਕਦੇ ਹੋ ਮਤਲਬ ਇਹ ਹੈ ਕਿ ਅਸੀਂ ਸਾਰੇ ਜਿਹੜੇ ਇਸ ਵੇਲੇ ਗੱਲ ਕਰ ਰਹੇ ਹਾਂ ਅਸੀਂ ਵੀ ਤੇ ਬੰਦੇ ਹਾਂ ਨਾ ਤੇ ਇਹ ਜੋ ਕੁਛ ਦੂਜਿਆਂ ਨੂੰ ਕਿਹਾ ਜਾ ਰਿਹਾ
ਜਿਹੜੀ ਗੱਲ ਦੂਜਾ ਨਾ ਹੋ ਰਹੀ ਹੈ ਇਸ ਪੌੜੀ ਦੇ ਵਿੱਚ ਸਾਡੇ ਨਾਲ ਵੀ ਤਾਂ ਹੋ ਰਹੀ ਹੈ ਨਾ, ਮਤਲਬ ਅਸੀਂ ਵੀ ਤੇ ਮੁਖਾਤਵ ਹੈਗੇ ਹਾਂ ਨਾ ਉਸ ਤੇ। ਇਸ ਲਈ ਸਾਨੂੰ ਵੀ ਇਹ ਵੇਖਣਾ ਕਿ ਕੇਸ ਕਿਹੜੀ ਕੰਡੀਸ਼ਨ ਦੇ ਵਿੱਚ ਅਸੀਂ ਉਹਦੇ ਸੱਚ ਨੂੰ ਬਿਹਤਰ ਤੌਰ 'ਤੇ ਪਛਾਣ ਸਕਦੇ ਹਾਂ। ਡਾਕਟਰ ਸਾਹਿਬ ਇਹ ਜਿਹੜੀ ਲਾਸਟ ਲਾਈਨ ਹੈ, ਲਾਸਟ ਦੋ ਲਾਈਨਾਂ ਨੇ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ, ਉਹ ਮੈਨੂੰ ਤੇ ਥੋੜੀ ਜਿਹੀ ਏਦਾਂ ਦੀ ਇੰਟਰਪ੍ਰੀਟੇਸ਼ਨ ਲੱਗਦੀ ਹੈ ਜਿਹੜੀ ਕਨਵੈਨਸ਼ਨਲ ਹੈ, ਕਿ ਜੇ ਸਾਨੂੰ ਮਤਲਬ ਕਿ ਬਾਏ ਡੈਸਟੀਨੀ ਨਾਲ ਕੱਪੜਾ ਆ ਜੇ ਜਾਂ ਗੋਡ ਦੀ ਨਜ਼ਰ ਦੇ ਨਾਲ ਲਾਈਫ ਸਵੱਲੀ ਹੋ ਜੇ, ਪਰ ਬੇਸਿਕਲੀ ਉਹ ਹੈ ਆ ਕਿ ਜੇ ਉਹ ਗੋਡ ਕਿਉਂਕਿ ਆਪਣੇ ਅੰਦਰ ਹੀ ਆ, ਤੋ ਅਸੀਂ ਜੇ ਡਿਵੋਸ਼ਨ ਰੱਖਾਂਗੇ ਜਿਹੜੀ ਚੀਜ਼ ਸਾਨੂੰ ਦੇਖਣ 'ਚ ਰੈਂਡਮ ਲੱਗ ਰਹੀ ਆ, ਪਰ ਉਹ ਉੱਪਰ ਕਿਉਂਕਿ ਉੱਪਰ ਲਿਖਿਆ ਵੀ ਹੋਇਆ ਨਾ ਦਾਤ ਕਰੇ ਦਾਤਾਰ ਦਰਬਾਰ, ਉਹ ਬੇਸਿਕਲੀ ਅਸੀਂ ਡਿਵੋਸ਼ਨ ਰੱਖੀਏ ਜਿਹੜੀ ਚੀਜ਼ ਸਾਨੂੰ ਦੇਖਣ 'ਚ ਰੈਂਡਮ ਲੱਗ ਰਹੀ ਹੈ ਪਰ ਉਹ ਸਾਡੇ ਅੰਦਰੋਂ ਹੀ ਨਿਕਲ ਰਹੀ ਹੈ ਥਰੂ ਗੋਡ, ਸਮਥਿੰਗ ਲਾਈਕ ਜਿਹੜੀ ਰਿਲੀਜੀਅਸ ਇੰਟਰਪ੍ਰੀਟੇਸ਼ਨ ਹੋ ਸਕਦੀ। ਨਹੀਂ ਲੇਕਿਨ ਜਿਹੜਾ ਕਰਮੀ ਦਾ ਮਤਲਬ ਇਹ ਹੈ ਕਿ ਜਿਵੇਂ ਤੁਸੀਂ ਐਕਚੁਅਲੀ ਜ਼ਿੰਦਗੀ ਦੇ ਅਮਲ ਕਰ ਰਹੇ ਹੋ, ਤੁਸੀਂ ਕਰਮੀ ਨੂੰ ਕਾਰੀਗਰ ਵਾਲਾ ਕਰਮ ਹੋ ਗਿਆ ਮਤਲਬ ਨਹੀਂ, ਜਿਹੜੀ 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 ਤੁਹਾਡੀ ਜੇ ਤੁਸੀਂ ਸੰਸਾਰੀ ਹਸਤੀ ਦੇ ਬਾਰੇ ਚ ਜੋ ਤੁਸੀਂ ਕਹਿ ਰਹੇ ਹੋ ਅਸੀਂ ਕਰਨ, ਉਹਨੂੰ ਤੇ ਉਹਦੀ ਕੋਈ ਲੋੜ ਨਹੀਂ ਹੈਗੀ, ਨਾ ਤੁਸੀਂ ਉਹਨੂੰ ਰਾਜ਼ੀ ਕਰ ਸਕਦੇ ਹੋ ਨਾ ਤੁਸੀਂ ਉਹਨੂੰ ਨਾਰਾਜ਼ ਕਰ ਸਕਦੇ ਹੋ। ਨਿਰਭਉ ਨਿਰਵੈਰ, ਨਾ ਉਹਦਾ ਕਿਸੇ ਨਾਲ ਕੋਈ ਡਰ ਹੈ, ਖੌਫ ਪਿਆਰ ਦਾ ਕੋਈ ਤਲਕ ਹੈ, ਤੇ ਨਾ ਹੀ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ। ਤੁਸੀਂ ਉਹ ਪਹਿਲੇ ਬੋਲ ਜਿਹੜੇ ਮੁੱਖ ਬੋਲ ਨੇ ਉਹਨਾਂ ਨੂੰ ਸਾਹਮਣੇ ਰੱਖੋ ਨਾ, ਨਿਰਭਉ ਨਿਰਵੈਰ। ਤੇ ਫਿਰ ਇਹ ਹੈ ਕਿ ਇਹ ਤੁਹਾਡੀ ਹਸੀਅਤ ਜਿਹੜੀ ਹੈ, ਤੁਸੀਂ ਜਿਹੜੀ ਇਸ ਨੂੰ ਐਕਸਪੀਰੀਅੰਸ ਕਰ ਸਕਦੇ ਹੋ, ਉਹ ਆਪਣੇ ਅਮਲਾਂ ਦੇ ਨਾਲ ਕਰ ਸਕਦੇ ਹੋ, ਕਿਵੇਂ ਤੁਸੀਂ ਜ਼ਿੰਦਗੀ ਗੁਜ਼ਾਰਦੇ ਹੋ। ਇਹ ਨਹੀਂ ਕਿ ਤੁਹਾਡੇ ਸਿਰਫ ਖਿਆਲ ਕੀ ਹੈਗੇ ਨੇ ਔਰ ਤੁਸੀਂ ਖਿਆਲਾਂ ਦੇ ਵਿੱਚ ਕੀ ਘੜਿਆ ਹੈ। ਪਿਛਲੀ ਪੌੜੀ ਨੂੰ ਵੀ ਤੁਸੀਂ ਆਪਣੇ ਸਾਹਮਣੇ ਰੱਖੋ ਨਾ, ਤੇ ਤੁਹਾਡੇ ਤੇ ਗੱਲ ਗਾ ਉਹ ਜਿਹੜੀ ਪਿਛਲੀ ਪੌੜੀ ਸੀ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਵਿਦਿਆ ਵਿਖਮ ਵਿਚਾਰ ਵਗੈਰਾ ਵਗੈਰਾ, ਤੇ ਉਹਦੇ ਵਿੱਚ ਜਿਹੜੇ ਬੰਦੇ ਨੇ ਆਪਣੀਆਂ ਹੀ ਜਿਹੜੀਆਂ ਉਹਨਾਂ ਦੀਆਂ ਡਿਜ਼ਾਇਰਸ ਨੇ ਉਹਨਾਂ ਨੂੰ ਕਿਵੇਂ ਪ੍ਰੋਜੈਕਟ ਕਰਦੇ ਨੇ, ਉਹਦਾ ਜਿਹੜਾ ਹੈ ਉਹ ਪੌੜੀ ਉਸ ਸਾਰੀ ਉਸ ਸਿਲਸਿਲੇ ਉੱਤੇ ਹੈਗੀ ਸੀ। ਤੇ ਲੇਕਿਨ ਇੱਥੇ ਹੁਣ ਆ ਕੇ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਅਸੀਂ ਕਰਨ ਦਾ ਮਤਲਬ ਕੀ ਹੈ, ਜਦੋਂ ਅਸੀਂ ਕਹਿੰਦੇ ਹਾਂ ਅਮਲ ਕਰਨ ਦਾ ਮਤਲਬ ਕੀ ਹੈ, ਅਮਲ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਐਕਚੁਅਲੀ ਜ਼ਿੰਦਗੀ ਨੂੰ ਲੰਘਾ ਕਿਵੇਂ ਰਹੇ ਹੋ, ਤੁਸੀਂ ਆਪਣੀ ਰੋਟੀ ਪੈਦਾ ਕਿਵੇਂ ਕਰ ਰਹੇ ਹੋ, ਕਿਆ ਤੁਸੀਂ ਅੱਗੇ ਜਾ ਕੇ ਇਹ ਗੱਲਾਂ ਖੁੱਲਣਗੀਆਂ ਇਹਦੇ ਵਿੱਚ ਕਿ ਗੁਰੂ ਨਾਨਕ ਜੀ ਜਿਹੜੇ ਨੇ ਉਹ ਆਪਣਾ ਇਸ ਤਰ੍ਹਾਂ ਦੇ ਉਹਨਾਂ ਦੀਆਂ ਕਾਫੀ ਲਾਈਨਾਂ ਨੇ ਜਿਨ੍ਹਾਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਰਲ ਕੇ ਕਮਾਓ, ਰਲ ਕੇ ਪੈਦਾ ਕਰੋ ਤੇ ਰਲ ਕੇ ਹੀ ਉਹਨੂੰ ਵੰਡ ਲਓ ਆਪਸ ਦੇ ਵਿੱਚ। ਯਾਨੀ ਇਹ ਮੈਂ ਤੁਹਾਨੂੰ ਇੱਕ ਇਸ਼ਾਰਾ ਦੇ ਰਿਹਾ ਕਿ
ਜ਼ਿੰਦਗੀ ਦਾ ਜਦੋਂ ਜ਼ਿੰਦਗੀ ਦੇ ਅਮਲਾਂ ਦਾ ਮਤਲਬ ਕੀ ਹੈਗਾ ਕਿਉਂਕਿ ਪਹਿਲੇ ਜਿਹੜੀ ਜਿਹੜੀ ਫੇਰ ਕੀ ਅੱਗੇ ਰੱਖੀਏ ਤੇ ਮੂੰਹੋਂ ਕੀ ਬੋਲਣ ਬੋਲੀਏ ਇਹ ਤੇ ਬੇਸਿਕਲੀ ਇਹ ਹੈ ਕਿ ਤੁਸੀਂ ਸਮਝਦੇ ਹੋ ਕਿ ਤੁਸੀਂ ਅਮਲ ਕੁਛ ਵੀ ਕਰੋ ਤੁਹਾਡੀ ਜ਼ਿੰਦਗੀ ਜਿਸ ਤਰ੍ਹਾਂ ਵੀ ਮਰਜ਼ੀ ਗੁਜ਼ਰ ਰਹੀ ਹੋਵੇ ਅਗਰ ਤੁਸੀਂ ਕੁਛ ਬੋਲ ਜਿਹੜੇ ਨੇ ਕੁਛ ਮੰਤਰ ਜਿਹੜੇ ਨੇ ਉਹ ਸਿੱਖ ਲਓ ਤੇ ਉਹ ਕੰਮ ਹੋ ਜਾਂਦਾ ਹੈ ਮਤਲਬ ਇਹ ਲੇਕਿਨ ਇਹਦੇ ਵਿੱਚ ਇਹ ਇਸ ਵਿੱਚ ਇਹ ਕਿਹਾ ਜਾ ਰਿਹਾ ਕਿ ਮੋਡ ਆਫ ਲਿਵਿੰਗ ਕੀ ਹੈ ਇਹ ਡਿਪੈਂਡ ਕਰਦਾ ਤੁਹਾਡੇ ਮੋਡ ਆਫ ਲਿਵਿੰਗ ਦੇ ਉੱਤੇ ਹਾਂਜੀ ਇੱਕ ਲਫ਼ਜ਼ ਜੋ ਨਦਰੀ ਹੈ ਉਹ ਵੀ ਯਾਨੀ ਉਹਦਾ ਜੋ ਤਰਜਮਾ ਕੀਤਾ ਹੋਇਆ ਇਹਦੇ ਅੰਦਰ ਨਾਨਕ ਕਲਾਮ ਜੋ ਨਜ਼ਰੇ ਕਰਮ ਹੀ ਹੈ ਤੇ ਮਤਲਬ ਇਹ ਹੈ ਕਿ ਆਪਣਾ ਤੁਸੀਂ ਜੋ ਕੰਮ ਕਰੋਗੇ ਉਹਦੇ ਨਾਲ ਹੀ ਤੁਹਾਡੀ ਰੱਬ ਦੀ ਨਜ਼ਰੇ ਖਰਮ ਹੋਏਗੀ ਯਾਨੀ ਇਹੀ ਉਹਦਾ ਮਤਲਬ ਬਣ ਰਿਹਾ ਹੈ ਜੋ ਟ੍ਰੈਡੀਸ਼ਨਲ ਮਤਲਬ ਉਹਨਾਂ ਨੇ ਉਹਨੂੰ ਉਹ ਮੈਂ ਦੇਖਿਆ ਹੈ ਕਿ ਜਿਹੜਾ ਉਹ ਕਲਾਮ ਨਾਨਕ ਦੇ ਵਿੱਚ ਹੈ ਨਾ ਜਿਹੜੇ ਮੈਂ ਨਹੀਂ ਲਿਖੇ ਉਹ ਉਹਨੇ ਮੈਂ ਨਹੀਂ ਲਿਖਦਿਆਂ ਹੋਇਆ ਕਾਫੀ ਸਾਰੇ ਇਸਲਾਮੀ ਟਰਮਨੋਲੋਜੀ ਯੂਜ਼ ਕੀਤੀ ਹੈ ਮਤਲਬ ਨਜ਼ਰ ਦਾ ਮਤਲਬ ਨਜ਼ਰੇ ਕਰਮ ਹਾਲਾਂਕਿ ਨਜ਼ਰ ਦਾ ਇੱਥੇ ਜਿਹੜੀ ਨਜ਼ਰੀ ਹੈ ਉਹਦਾ ਮਤਲਬ ਕਰਮ ਸ਼ਰਮ ਨਹੀਂ ਉਹਦਾ ਮਤਲਬ ਨਜ਼ਰ ਆਉਣਾ ਹੈ ਹਾਂਜੀ ਸਰ ਆ ਮੂੰਹੋਂ ਕੀ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ ਇਹਦਾ ਬੇਸਿਕਲੀ ਇਹ ਮੀਨਿੰਗ ਹੈ ਕਿ ਸਾਡੀ ਪ੍ਰੇਅਰ ਕਿੱਦਾਂ ਦੀ ਹੋਣੀ ਚਾਹੀਦੀ ਹੈ ਜਾਂ ਕੋਈ ਵੀ ਪ੍ਰੇਅਰ ਅਧੂਰੀ ਹੈ ਇਹਦਾ ਮਤਲਬ ਇਹ ਹੈਗਾ ਕਿ ਕਿਆ ਐਸੇ ਬੋਲ ਹੈ ਨੇ ਇਨਸਾਨ ਕੋਲ ਜਿਹੜੇ ਸਿਰਫ ਬੋਲ ਕੇ ਉਹ ਸੰਸਾਰੀ ਹਸਤੀ ਦਾ ਪਿਆਰ ਲੈ ਸਕਦੇ ਨੇ ਮੈਜਿਕ ਵਰਡਸ ਤੇ ਇੰਪਲਾਈਡ ਇਹ ਹੈ ਕਿ ਇਹ ਨਹੀਂ ਹੈਗੇ ਨਹੀਂ ਹੈਗੇ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਮਾਨਸਾ ਸਕੂਲ ਜਿਹੜਾ ਹੈਗਾ ਹਿੰਦੂਇਜ਼ਮ ਦਾ ਉਹ ਤੇ ਖਾਸ ਤੌਰ ਤੇ ਇਸ ਸਿਲਸਿਲੇ ਚ ਬੜਾ ਪ੍ਰੋਮੀਨੈਂਟ ਹੈ ਕਿ ਤੁਹਾਨੂੰ ਜਿਹੜੇ ਜਿਹੜੇ ਵੇਦਾਂ ਦੇ ਲਫ਼ਜ਼ ਨੇ ਜਾਂ ਰਿਗਵੇਦ ਦੇ ਜਿਹੜੇ ਲਫ਼ਜ਼ ਨੇ ਉਹਨਾਂ ਨੂੰ ਸਿਰਫ ਬੋਲਣ ਦੀ ਐਗਜੈਕਟਲੀ ਜ਼ਰੂਰਤ ਹੈ ਹੋਰ ਕੁਛ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਬਾਬਾ ਗੁਰੂ ਨਾਨਕ ਜੀ ਇੱਥੇ ਉਹਨੂੰ ਅਸਲ 'ਚ ਉੱਤੇ ਚੋਟ ਕਰ ਰਹੇ ਨੇ ਸਰ ਜੀ ਕਿਉਂਕਿ ਜਿਹੜੀ ਉਹ ਹਸਤੀ ਹੈਗੀ ਹੈ ਉਹਦੀ ਤੇ ਹੋਂਦ ਹੈਗੀ ਆ ਐਂਡ ਉਹ ਵੀ ਇਹਨਾਂ ਰੂਲਸ ਦੇ ਤਹਿਤ ਆਪ ਵੀ ਚੱਲ ਰਿਹਾ ਸੋ ਯੂ ਕਾਂਟ ਚੇਂਜ ਐਨੀਥਿੰਗ ਕਿਉਂਕਿ ਉਹਦਾ ਤੇ ਰੂਲ ਜਿਹੜਾ ਹੈਗਾ ਉਹ ਤਾਂ ਖੁਦ ਉਸ ਦੇ ਅੰਦਰ ਚੱਲ ਰਿਹਾ ਮਤਲਬ ਇਹ ਹੈ ਨਾ ਇਸ ਵਾਸਤੇ ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਹੋ ਇਸ ਗੱਲ ਨੂੰ ਗੁਰੂ ਨਾਨਕ ਜੀ ਨੇ ਆਖਰੀ ਲਾਈਨ ਚ ਕਿਹਾ ਨਾ ਨਾਨਕ ਐਵੇਂ ਜਾਣੀਏ ਸਭ ਆਪੇ ਸੱਚਿਆ ਮਤਲਬ ਉਹ ਇੱਕ ਹੀ ਕਾਨੂੰਨ ਹੈ ਉਹ ਅਸੀਂ ਸਭ ਇੱਕ ਇੰਬੋਡੀਮੈਂਟ ਹੈ ਉਸ ਕਾਨੂੰਨ ਦੇ ਜਿਹਨੂੰ ਲਾਜ਼ ਆਫ ਨੇਚਰ ਉਹਨੂੰ ਅਗਰ ਕੋਈ ਲਫ਼ਜ਼ ਦੇਣੇ ਹੋਣ ਤੇ ਲਾਜ਼ ਆਫ ਨੇਚਰ ਕਹਿ ਲਓ ਸਰ ਜੀ ਜਿੱਥੇ ਕਹਿੰਦੇ ਨੇ ਕਿ ਜਿੱਤ ਦਿਸੇ ਦਰਬਾਰ ਇਹੀ ਹੈ ਨਾ ਕਿ ਵੀ ਉਹਦੇ ਇੰਨੇ ਪੱਖ ਨੇ ਕਿ ਤੁਸੀਂ ਕਿਹੜਾ ਕਿਹੜਾ ਪੱਖ ਵੇਖੋਗੇ ਟੂ ਅਨਰੈਵਲ ਦੈਟ ਉਹਦੀ ਅਸਲੀਅਤ ਸੋ ਅਸੀਂ ਕਿਹੜਾ ਕਿਹੜਾ ਪੱਖ ਵੇਖੀਏ ਸੋ ਉਸਦੇ ਪੱਖ ਵੇਖੋ ਤੁਹਾਨੂੰ ਉਹਦੀ ਹੋਂਦ ਦਾ ਅਹਿਸਾਸ ਹੋਏ ਨਹੀਂ ਫਿਰ ਇਹਦਾ ਵੀ ਇਹਦਾ ਹਾਂ ਉਹ ਵੀ ਹੈ ਲੇਕਿਨ ਇਹਦਾ ਇਹ ਵੀ ਮਤਲਬ ਹੈ ਕਿ ਮਤਲਬ ਸਾਡਾ ਆਪਣਾ ਵੇਖਣ ਦਾ ਢੰਗ ਕੀ ਹੋਵੇ ਫੇਰ ਕੀ ਅੱਗੇ ਰੱਖੀਏ ਮਤਲਬ ਅਸੀਂ ਆਪਣੇ ਅੱਗੇ ਕੀ ਰੱਖੀਏ ਤੁਸੀਂ ਦੇਖੋ ਨਾ ਹੁਣ ਫਿਜ਼ਿਕਸ ਦੇ ਵਿੱਚ ਪਹਿਲੇ ਜਿਹੜੀ ਹੈ ਉਹ
न्यूटोनियन फिजिक्स से ते न्यूटोनियन फिजिक्स दे तहत जिहड़े फिजिक्स दे लाज इंसान नूं समझ आए सन वो एक तरह सन। फिर अपना आइंस्टाइन आ गया ते क्वांटम थ्योरी आ गई ते उन्हां दे तहत कुछ होर तरह समझ आने जिहड़ी समझ आ उहदे च उहदे विच डिफरेंस पै गया या होर तरह होण लग पई। ते मेरा ख्याल है कि ये जिहड़ा ना कि फिर की अगे रखिए इहदा जिहड़ा ज्यादा मतलब मैनू समझ आउंदा ये है कि साडा विचार ढंग की होवे ते जे इहनू बहुत ही आम मैं आम लोकां दे मैनिया च देखिए या जिवें जिवें प्रैक्टिस हुंदी आई है ते तुसी अपने अगे कोई बुत रख लैंदे हो कोई अग बाल के रख लैंदे हो तुसी मोमबत्तियां बाल लैंदे हो वगैरह वगैरह मुख्तलिफ मजहबां च मुख्तलिफ प्रैक्टिस ने ते तुसी ये समझदे हो कि जदों वो तुसी घर वो सामने रख लैंदे हो ते तुसी अपना तुसी ओदे दर्शन पा रहे होंदे हो। ये हो सकदा है कि फिर की अगे रखिए कि केड़ी अख अपने सामने रखिए केड़ी एनक पाइए केड़ी टेलीस्कोप पाइए या केड़ा मिरर रखिए सामने के सानू जो हकीकत है वो दिखाई दे दे। आहो मन तो वेखण ढंग की होवे कोई एक मिथे ते गई नहीं गल है जिहड़ी तुसी एग्जांपल दित्ती है न्यूटन तो लैके अगे हाली तो कोई एक शय ते मिथे नहीं गई है ए ते फ्लूइड है ते बदल रहा है सो इट कुड बी एनीथिंग। मैं सिर्फ उस ओ जिहड़ा ना अगे रखण दा जिहड़ा ना ओनू एलैबोरेट कर रहा सां कि अगे रखण तो जिहड़ा वेखण ढंग है ओ अगर मतलब लिया जावे ते वेखण ढंग जिहड़ा ओ किवें किवें साडियां जिंदगियां च ज़ाहर हुंदा है ओ मैं सिर्फ ओनू एलैबोरेट करन लई मिसाल दित्ती सीगी। ਸਰ ਜੀ ਜਿਹੜੀ ਆ ਲਾਈਨ ਹੈਗੀ ਆ ਆਖੇ ਮੰਗੇ ਦੇ ਦਾਤ ਕਰੇ ਦਾਤਾਰ ਜਿਹੜੀ ਉਹ ਫਿਲੋਸੋਫੀਕਲ ਟਰਮ ਹੈਗੀ ਆ ਹਾਊ ਟੂ ਟਰਨ ਅ ਥਿੰਗ ਇਨ ਇਟਸੈਲਫ ਇਨਟੂ ਅ ਥਿੰਗ ਫੋਰ ਯੋਰਸੈਲਫ ਇਹ ਇੱਥੇ ਫਿੱਟ ਹੁੰਦੀ ਆ ਜੀ। ਹਾਂਜੀ ਹਾਂਜੀ ਬਿਲਕੁਲ 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 ਲਓ ਜੀ ਆਪਣਾ ਹੁਣ ਮੇਰਾ ਖਿਆਲ ਹੈ ਇਹਦੀ ਰਿਕਾਰਡਿੰਗ ਬੰਦ ਕਰ ਦਿਓ।